ਕੱਲ ਦੋਸਤੋ ਇਹ DSP ਜੀਰਾ ਦੀ ਗੱਡੀ ਹੈ ਜਿਹਦੇ ਚ ਮੈਨੂੰ ਗ੍ਰਿਫਤਾਰ ਕੀਤਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਹੜੀ ਵੀਡੀਓ ਭੇਜ ਰਿਹਾ ਕਿ ਦਾਰੂ ਦਾ ਜ਼ਖੀਰਾ ਔਰ ਨਸ਼ੇ ਨਾਲ ਹਮੇਸ਼ਾ ਦਾਰੂ ਨਾਲ ਜਿਹੜਾ ਟੁੰਨ ਰਹਿੰਦਾ ਘੱਟੋ ਘੱਟ 8-10 ਬੋਤਲਾਂ ਇਹਦੀ ਗੱਡੀ ਦੇ ਵਿੱਚੋਂ ਜਿਹੜੀਆਂ ਸੀ ਜਿਹੜੀਆਂ ਮੈਂ ਡਿੱਗੀ 'ਚ ਰਖਾਈਆਂ ਮੈਂ ਕਿਹਾ ਅੱਜ ਸੰਗਰਾਂਦ ਦਾ ਦਿਹਾੜਾ ਮੈਂ ਬਾਬਾ ਬੁੱਢਾ ਸਾਹਿਬ ਚੱਲਿਆ ਸੀ ਇਹਨੂੰ ਕੱਢੋ ਇਸ ਕਰਕੇ ਇਹ ਹਾਲਾਤ ਤੁਸੀਂ ਵੇਖ ਲਓ ਅੱਜ ਇਹੋ ਜਿਹੀਆਂ ਜਿਹੜੇ ਇਹਨਾਂ ਦੇ ਜਿਹੜੇ ਜਨਤਕ ਕਰਨੇ ਸੀ ਜਿਹੜੇ ਚਿੱਠੇ ਮੈਂ ਖੋਲ੍ਹਣੇ ਸੀ ਤਾਂ ਕਰਕੇ ਮੈਨੂੰ ਸਵੇਰੇ 4:30 ਵਜੇ ਜਦੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਲਈ ਮੈਂ ਜਾ ਰਿਹਾ ਸੀ ਤਾਂ ਮੈਨੂੰ ਇਹਨਾਂ ਨੇ ਘਰੋਂ ਰਿਹਾ ਕਰ ਲਿਆ ਕੋਈ ਨਹੀਂ ਫਿਕਰ ਨਾ ਕਰੋ ਸਾਰੇ ਜਾਣੇ ਤਕੜੇ ਰਹੋ ਮੈਂ ਤੁਹਾਡੇ ਨਾਲ ਹਾਂ ਤੁਹਾਡਾ ਆਸ਼ੀਰਵਾਦ ਅਤੇ ਪਿਆਰ ਚਾਹੀਦਾ ਭਰਾਵਾਂ ਦਾ ਕੋਈ ਗੱਲ ਨਹੀਂ ਇਹੋ ਜਿਹੀਆਂ ਜੇਲ੍ਹਾਂ ਤਾਂ ਆਈਆਂ ਅਤੇ ਗਈਆਂ ਧੰਨਵਾਦ ਫਿਰੋਜ਼ਪੁਰ ਦੇ ਜੀਰਾ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਅੱਜ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਸਵੇਰੇ ਕਰੀਬ 4:30 ਵਜੇ ਜਿਹੜਾ ਹੈ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਕੁਛ ਦਿਨ ਪਹਿਲਾਂ BDPO ਜੀਰਾ ਦੇ ਵਿਖੇ ਧਰਨਾ ਦਿੱਤਾ ਗਿਆ ਸੀਗਾ ਸਰਪੰਚਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਸੀਗਾ ਕਿ BDOP ਦੇ ਵੱਲੋਂ ਗਲਤ ਸਰਟੀਫਿਕੇਟ ਬਣਾ ਕੇ ਜਿਹੜੇ ਹੈ ਉਹ ਧੋਖੇਧੜੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ BDO ਦਫ਼ਤਰ ਦੇ ਅੰਦਰ ਦਿਨ ਰਾਤ ਜਿਹੜਾ ਲਗਾਤਾਰ ਧਰਨਾ ਦਿੱਤਾ ਗਿਆ ਸੀਗਾ ਅਤੇ ਅੱਜ ਦੇ ਦਿਨ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਪਹੁੰਚ ਕੇ 12 ਵਜੇ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਗ੍ਰਿਫਤਾਰੀ ਦੇਣੀ ਸੀ ਲੇਕਿਨ ਅੱਜ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਕਰੀਬ ਸਵੇਰੇ 4:30 ਵਜੇ ਉਹਨਾਂ ਨੂੰ ਇੱਥੋਂ ਗ੍ਰਿਫਤਾਰ ਕਰ ਲਿੱਤਾ ਜਿਸ ਤੋਂ ਬਾਅਦ ਉਹਨਾਂ ਨੂੰ ਜੀਰਾ ਦੀ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਉੱਤੇ ਭੇਜ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਲਿਆ ਕੇ ਉਹਨਾਂ ਦਾ ਮੈਡੀਕਲ ਕੀਤਾ ਗਿਆ ਅਤੇ ਜਿਸ ਤੋਂ ਬਾਅਦ ਉਹਨਾਂ ਨੂੰ ਫਿਰੋਜ਼ਪੁਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸਾਡੇ ਨਾਲ ਇੱਥੇ ਉਹਨਾਂ ਦੇ ਸਮਰਥਕ ਵੀ ਮੌਜੂਦ ਹੈਗੇ ਨੇ ਉਹਨਾਂ ਤੋਂ ਵੀ ਜਾਣਕਾਰੀ ਲੈ ਲਿਆ ਦੇਖਦੇ ਹੋ ਕਿ ਅੱਜ ਕੁਲਬੀਰ ਸਿੰਘ ਜੀਰਾ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਜੀ ਇਹ ਕੁਲਬੀਰ ਸਿੰਘ ਜੀਰਾ ਜਿਹੜੀ ਗ੍ਰਿਫਤਾਰੀ ਹੈ ਉਹਨਾਂ ਦੇ ਆਪਦੇ ਕੋਈ ਨਿੱਜੀ ਸਵਾਰਥਾਂ ਕਰਕੇ ਨਹੀਂ ਹੋਈ ਹੈ ਸਰਪੰਚ ਸਾਹਿਬਾਨਾਂ ਦਾ ਸਮਰਥਨ ਕਰ ਰਹੇ ਸੀ ਉਹਨਾਂ ਦੀਆਂ ਮੰਗਾਂ ਲਈ ਉਹਨਾਂ ਨੇ 3 ਦਿਨ ਲਗਾਤਾਰ BDO ਦਫ਼ਤਰ ਕੇ ਧਰਨਾ ਦਿੱਤਾ 1.5 ਸਾਲ ਹੋ ਗਿਆ ਹਲਕੇ ਦੇ ਕੰਮ ਬੰਦ ਨੇ ਸਰਪੰਚਾਂ ਦੇ ਮਾਣ ਸਨਮਾਨ ਜਿਹੜੇ ਭੱਤੇ ਨੇ ਉਹ ਨਹੀਂ ਦਿੱਤੇ ਜਾ ਰਹੇ ਹਾਈ ਕੋਰਟ ਦੇ ਆਰਡਰਾਂ ਦੇ ਟਿੱਚ ਜਾਂਦੇ ਹੋਏ ਉਹਨਾਂ ਨੇ BDO ਪ੍ਰਸ਼ਾਸਨ ਹੋਵੇ ਭਾਵੇਂ ਉਹ ਸੈਕਟਰੀ ਹੋਣ ਭਾਵੇਂ ਕਿ GRS ਤੱਕ ਦਾ ਮਹਿਕਮਾ ਤੁਸੀਂ ਸਮਝ ਲਓ ਹਾਂ ਵੀ ਪ੍ਰਸ਼ਾਸਨ ਨੇ ਇੱਕ ਤਰਫਾ ਹੀ ਕਰ ਛੱਡਿਆ ਕਿ ਸਰਪੰਚਾਂ ਦੀ ਕੋਈ ਸੁਣਵਾਈ ਨਹੀਂ ਕਰਨੀ 1-1 ਲੱਖ ਰੁਪਏ ਪਿੱਛੇ 20,000 ਰੁਪਏ ਦੀ ਮੰਗ ਕੀਤੀ ਜਾਂਦੀ ਕੋਈ ਵੀ ਵਿਕਾਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਇਸ ਸਰਕਾਰ ਵੱਲੋਂ ਵਾਰ ਵਾਰ ਸਰਪੰਚਾਂ ਨੂੰ ਚੋਰ ਦੱਸ ਕੇ ਦੱਸਿਆ ਜਾ ਰਿਹਾ ਜੀ ਇਸ ਕਰਕੇ ਇਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ 3 ਦਿਨ ਧਰਨਾ ਲਾਇਆ ਸੀ ਅੱਜ ਕਿੰਨੇ ਵਜੇ ਜਿਹੜਾ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅੱਜ ਉੱਥੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਅਸੀਂ ਆਪ ਖੁਦ ਆਪਣੀ ਗ੍ਰਿਫਤਾਰੀ ਜਿਹੜੀ ਹੈ ਉਹ SSP ਦਫ਼ਤਰ ਦੇ ਬਾਹਰ ਆ ਕੇ ਦੇਵਾਂਗੇ ਕਿੱਦਾਂ ਦੇਖਦੇ ਹੋ ਕਿ ਇਹ ਗ੍ਰਿਫਤਾਰੀ ਜਿਹੜੀ ਹੋਈ ਹੈ ਇਹ ਤਾਂ ਜੀ 3-4 ਦਿਨ ਤੋਂ ਲਗਾਤਾਰ ਜੋ ਦੀ FIR ਹੋਈ ਸੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ 17 ਤਰੀਕ ਨੂੰ ਅਸੀਂ ਬਾਬਾ ਬੁੱਢਾ ਸਾਹਿਬ ਪਹਿਲਾਂ ਦਰਸ਼ਨ ਕਰਾਂਗੇ ਸੰਗਰਾਂਦ ਦਾ ਦਿਹਾੜਾ ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਕਾਲ ਦਿੱਤੀ ਹੋਈ ਸੀ 17 ਤਰੀਕ ਨੂੰ SSP ਦਫ਼ਤਰ ਸਾਹਿਬ ਉੱਥੇ ਧਰਨਾ ਲੱਗਣਾ ਸੀ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਣੀ ਕਿਉਂਕਿ MLA ਨਰੇਸ਼ ਕਟਾਰੀਏ ਦੇ ਜਿਹੜੇ ਕੱਚੇ ਚਿੱਠੇ ਜਿਹੜੀ ਰਿਸ਼ਵਤਾਂ ਦੀ ਮੰਗ ਇਕੱਲੀ ਰਿਕਾਰਡਿੰਗ ਉਹਨਾਂ ਦੇ PA ਦੀ ਰਿਕਾਰਡਿੰਗ ਐਫੀਡੇਵਿਟ ਤੱਕ ਲੋਕਾਂ ਦੇ ਮੌਜੂਦ ਸੀ ਸਾਡੇ ਕੋਲ ਉਹ ਅਸੀਂ ਨਛੱਤਰ ਕਰਨੇ ਸੀ ਅੱਜ ਇਸ ਕਰਕੇ SSP ਸਾਹਿਬ ਤਾਂ ਦਬਾਅ 'ਚ ਆ ਗਏ ਲਾਸਟ ਟਾਈਮ ਤਰਨ ਤਾਰਨ ਤੋਂ ਕਿਸੇ ਰੇਤਾ ਦੀ ਖੱਡ ਫੜੀਚੀ ਸੀ ਕੇ MLA ਦੀ ਚੁੱਕ ਕੇ ਉਹਨਾਂ ਦੇ ਭਰਵਾਈਏ ਦੀ ਕੋਈ ਖੱਡ ਸੀ ਉਹਦੇ ਸੰਬੰਧ 'ਚ SSP ਤਰਨ ਤਾਰਨ ਦੀ ਬਦਲੀ ਕਰਤੀ ਇਹ ਤਾਂ SSP ਇਸੇ ਦਬਾਅ 'ਚ ਹੀ ਆ ਗਏ ਜੀ ਹਾਂ ਵੀ ਜੇ ਇਹਨਾਂ ਦੇ MLA ਸਾਹਿਬ ਦੇ ਉਲਟ ਕੋਈ ਚੀਜ਼ ਆ ਗਈ ਤਾਂ ਮੇਰੀ ਵੀ ਬਦਲੀ ਕਰਨਗੇ ਪੰਜਾਬ ਸਰਕਾਰ ਦੇ ਜਿਹੜੀ ਹੈਗੀ ਉਹ ਜਿਵੇਂ ਕਹਿ ਦਈਏ ਇੰਨੀ ਬੁਰੇ ਤਾਂ ਦੇ ਬਤੋ ਕੀ ਛੱਡ ਕਰਾਂਗੇ ਬਿਲਕੁਲ ਵੱਡੇ ਨੇ ਆ ਉਹ ਭਜਨ ਗਾਏ ਹੈਗੇ ਨੇ ਮੌਜੂਦਾ ਹੈਗੇ ਪਰ ਉਹ ਵੱਲੋਂ ਆਪਣੇ ਜਿਹੜਾ ਹੈ ਸਰਪੰਚ ਕੰਮ ਨਹੀਂ ਕੀਤੇ ਜਾ ਰਹੇ ਹਲਕੇ ਦੇ ਵਿੱਚ ਵਿਕਾਸ ਕਾਰਜ ਜਿਹੜੇ ਹੈ ਉਹ ਨਹੀਂ ਕੀਤੇ ਜਾ ਰਹੇ ਜਿਸ ਨੂੰ ਲੈ ਕੇ ਅੱਜ ਉਹਨਾਂ ਦੇ ਵੱਲੋਂ ਜਿਹੜਾ ਇੱਥੇ ਗ੍ਰਿਫਤਾਰੀ ਦੇਣੀ ਸੀ ਲੇਕਿਨ ਉਹਨਾਂ ਨੂੰ ਜਿਹੜਾ ਪੁਲਿਸ ਦੇ ਵੱਲੋਂ ਅੱਜ ਸਵੇਰੇ ਹੀ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਉੱਥੇ ਹੀ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਇਹ ਵੀ ਬੋਲਦੇ ਕਿਹਾ ਗਿਆ ਹੈ ਕਿ ਜਿਵੇਂ ਹੀ ਉਹ ਨਿਆਇਕ ਹਿਰਾਸਤ ਤੋਂ ਬਾਹਰ ਆਉਂਦੇ ਹਨ ਅਤੇ ਉਹ ਆਉਂਦਿਆਂ ਨਾਲ ਹੀ ਪੰਜਾਬ ਸਰਕਾਰ ਦੇ ਚਿੱਟੇ ਜਿਹੜੇ ਚਿੱਠੇ ਹੈਗੇ ਨੇ ਉਹ ਸਾਰਿਆਂ ਦੇ ਸਾਹਮਣੇ ਲੈ ਕੇ ਆਉਣਗੇ ਅਤੇ ਇਸ ਪੰਜਾਬ ਸਰਕਾਰ ਨੂੰ ਦਿਖਾਉਣਗੇ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਵਿਧਾਇਕ ਦੇ ਵੱਲੋਂ ਇਹ ਕਾਰ ਜਾ ਰਹੇ ਹੈਗੇ ਹਨ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਪਾਏਗਾ ਕਿ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਕੀ ਵੱਡੇ ਜਿਹੜੇ ਹੈ ਉਹ ਚਿੱਠੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਖਿਲਾਫ ਖੋਲ੍ਹੇ ਜਾਣਗੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਕਸ਼ੇ ਗਲੋਤਰਾ ਪੰਜਾਬ ਤੱਕ ਪੰਜਾਬ ਸਰਕਾਰ ਜ਼ਿੰਦਾਬਾਦ ਪੰਜਾਬ ਸਰਕਾਰ
कर लो गल गल समर्थक है जिन्हें अनपछाते पाए गए उन्होंने भी गिरफ्तारी जी की जाए उन्होंने नाल ही जरा मैं जेल के जाने तैयार हाँ पर हजे तक जो कले कुलबीर सिंह जीरा की जी गिरफ्तारी उसे चली गई है पर उन्होंने हम सिविल हस्पताल के कले कुलबीर सिंह जीरा लिया गया जिते उन्होंने मेडिकल करवाया जा रहा है और उस बाद जरा केंद्रीय जेल फिरोजपुर के ले जाया जाएगा और उस तो पहला जोड़ा इन्हों ड्यूटी मजिस्ट्रेट के उन्होंने को पेश किया गया जिते इन्हों कुलबीर सिंह जीरा जीरा तेरी सोच ते जीरा तेरी सोच ते कितनी तारीख तक नया एक्शन रस्ते पे गया हां जी कत्ती तारीख तक की में आज सवेरे किथे पेश किया गया ते उन्होंने की आज सवेरे जुडिशियल कोर्ट जीरा दे विच उन्होंने पेश किया गया और जज साहब ने उन्होंने जेड़ा न्यायिक हिरासत विच भेज दिता है सरदार कुलबीर सिंह जीरा ने भी खड़ा करके अपनी जमानत लई नहीं अपलाई किया और हुण जो कुलबीर सिंह जीरा दा सानू हुक्म होएगा असी वो ठोक वजा के करांगे पर पलाटा जाली सर्टिफिकेट वंड रहा जाली सर्टिफिकेट नशर करद मैं मांग की एम एल ए नरेश कटारिया बीडीओ जीरा ते जेड़ा पंच अधिकारत पंच आते परचा दर्ज किया जाए पर जदों तो मैनिंग जेड़ा अपना उन्दे जीजे का एम एल ए जीजे का परचा आया ते तरन तारण तो एस एस पी की बदली हुई है ये एस एस पी ने आपकी कुर्सी बचाने लई जेड़ा और एम एल ए नूं बचाने लई आपकी कुर्सी नूं बचाने लई जेड़ा परचा दर्ज किया इस तों बाद मैं हाई कोर्ट जावांगा और एम एल ए ते परचा दर्ज करके रहांगा कि जेड़ा लोकां नूं आम आदमी पार्टी की सरकार च बेवकूफ बना रहा इस करके सरपंचां दी लड़ाई आ लोकां दी लड़ाई आ लोकां दी लड़ाई लई 10 वारी भी जेल जाना पिया ते कुलबीर सिंह जीरा जा मैं पहला कई वादा साहब तो मत्था के नास्तक हो संग्राम का शुभ
ਹੈ ਪਰ ਐਸਐਸਪੀ ਨੂੰ ਜਦੋਂ ਮੈਂ ਕੱਲ ਵਿਖਾ ਕੇ ਚੈੱਕ ਤੇ ਵੇਖਿਆ ਕਿਤਾ ਵੇਖਦੀ ਹੈ ਗਲਤ ਕੰਮ ਜਿਹੜੇ ਆ ਸਾਡੀ ਪੁਲਿਸ ਕਰਾਉਂਦੀ ਹੈ ਐਸਪੀ ਸ਼ਹਿਰ ਲੈ ਹੁੰਦਾ ਐਸਐਸਪੀ ਉਹ ਗੱਲਾਂ ਨੂੰ ਲੁਕਾਉਂਦਾ ਮੈਂ ਉਹ ਜੇਲ੍ਹ ਚ ਹੋਇਆ ਸੀ ਮੀਡੀਆ ਦੇ ਅੱਗੇ ਸਾ ਵਿਧ ਰੂਫ ਜਿਹੜਾ ਉਹਲੀ ਕੱਲੀ ਜਿਹੜੀ ਤੱਕੀ ਦੋਸਤੋ ਇਹ ਡੀਐਸਪੀ ਜੀਰਾ ਦੀ ਗੱਡੀ ਹੈ ਜਿਸ 'ਚ ਮੈਨੂੰ ਗ੍ਰਿਫਤਾਰ ਕੀਤਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਹੜੀ ਵੀਡੀਓ ਭੇਜ ਕੇ ਦਾਊ ਦਾ ਜ਼ਖੀਰਾ ਔਰ ਨਸ਼ੇ ਨਾਲ ਛਾਂਚੂ ਨਾਲ ਜਿਹੜਾ ਟੁੰਨ ਰਹਿੰਦਾ ਘੱਟੋ ਘੱਟ 8-10 ਬੋਤਲਾਂ ਗੱਡੀ ਦੇ ਵਿੱਚ ਜਿਹੜੀਆਂ ਸੀ ਜਿਹੜੀਆਂ ਮੈਂ ਡਿੱਗੀ 'ਚ ਰਖਾਇਆ ਮੈਂ ਕਿਹਾ ਅੱਜ ਸੰਗਰਾਂਦ ਦਿਹਾੜਾ ਬਾਬਾ ਬੁੱਢਾ ਸਾਹਿਬ ਚੱਲਿਆ ਸੀ ਇਹਨੂੰ ਕੱਢੋ ਇਸ ਕਰਕੇ ਇਹ ਹਾਲਾਤ ਤੁਸੀਂ ਵੇਖ ਲਓ ਇਹੋ ਜਿਹੀਆਂ ਜਿਹਨਾਂ ਦੇ ਜਿਹੜੇ ਜਨਤਕ ਕਰਨੇ ਜਿਹੜੇ 'ਚ ਮੈਂ ਖੋਲ੍ਹਣੇ ਸੀ ਤਾਂ ਕਰਕੇ ਮੈਨੂੰ ਸਵੇਰੇ 4:30 ਜਦੋਂ ਤਖਣ ਬਾਬਾ ਸਾਹਿਬ ਦੇ ਦਰਸ਼ਨਾਂ ਜਾ ਰਿਹਾ ਸੀ ਤਾਂ ਮੈਨੂੰ ਇਹਨਾਂ ਨੇ ਅਰੈਸਟ ਕਰ ਲਿਆ ਉਹ ਨਹੀਂ ਫਿਕਰਾਂ ਕਰ ਸਾਰੇ ਜਾਣੇ ਅਕੜੇ ਰਹੋ ਮੈਂ ਤੁਹਾਡੇ ਨਾਲ ਹਾਂ ਤੁਹਾਡਾ ਆਸ਼ੀਰਵਾਦ ਅਤੇ ਪਿਆਰ ਚਾਹੀਦਾ ਕੋਈ ਇਹੋ ਜਿਹੀਆਂ ਹੇਲਾਂ ਤਾਂ ਆਇਆਂ 'ਤੇ ਗਈ ਫਿਰੋਜ਼ਪੁਰ ਦੇ ਜੀਰੋ ਸਾਬਕਾ ਵਿਧਾਇਕ ਕੁਲਵੀਰ ਸਿੰਘ ਨੂੰ ਅੱਜ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਸਵੇਰੇ ਕਰੀਬ 4:30 ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਬੀਸ ਜੀਰਾ ਦੇ ਵੱਲੋਂ ਕੁਛ ਦਿਨ ਪਹਿਲਾਂ ਬੀ ਡੀ ਪੀ ਓ ਜੀਰਾ ਦੇ ਵਿਖੇ ਧਰਨਾ ਦਿੱਤਾ ਗਿਆ ਸੀਗਾ ਸਰਪੰਚਾਂ ਦੇ ਹੱਕ ਦੇ ਵਿੱਚ ਉਹਨਾਂ ਵੱਲੋਂ ਧਰਨਾ ਦਿੱਤਾ ਗਿਆ ਸੀਗਾ ਕਿ ਬੀ ਡੀ ਓ ਪੀ ਵੱਲੋਂ ਗਲਤ ਸਰਟੀਫਿਕੇਟ ਬਣਾ ਕੇ ਜਿਹੜੇ ਹੈ ਉਹ ਧੋਖੇਧੜੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਬੀ ਡੀ ਓ ਦੇ ਅੰਦਰ ਦਿਨ ਰਾਤ ਜਿਹੜਾ ਲਗਾਤਾਰ ਧਰਨਾ ਦਿੱਤਾ ਗਿਆ ਸੀਗਾ ਅਤੇ ਅੱਜ ਦੇ ਦਿਨ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਪਹੁੰਚ ਕੇ 12:00 ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਗ੍ਰਿਫਤਾਰੀ ਦੇਣੀ ਸੀ ਲੇਕਿਨ ਅੱਜ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਮੈਡੀਕਲ ਕੀਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਫਿਰੋਜ਼ਪੁਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸਾਡੇ ਨਾਲ ਇੱਥੇ ਉਹਨਾਂ ਦੇ ਸਮਰਥਕ ਵੀ ਮੌਜੂਦ ਹੈਗੇ ਨੇ ਉਹਨਾਂ ਤੋਂ ਵੀ ਜਾਣਕਾਰੀ ਲੈ ਲੈਂਦੇ ਹਾਂ ਸਰ ਕਿੱਦਾਂ ਦੇਖਦੇ ਹੋ ਕਿ ਅੱਜ ਕੁਲਵੀਰ ਸਿੰਘ ਜੀਰਾ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਜੀ ਅਤੇ ਕੁਲਵੀਰ ਸਿੰਘ ਜੀਰਾ ਜਿਹੜੀ ਗ੍ਰਿਫਤਾਰੀ ਹੈ ਉਹਨਾਂ ਦੇ ਆਪਦੇ ਕੋਈ ਨਿੱਜੀ ਸਵਾਰਥਾਂ ਕਰਕੇ ਨਹੀਂ ਹੋਈ ਇਹ ਸਰਪੰਚ ਸਾਹਿਬਾਨਾਂ ਦਾ ਸਮਰਥਨ ਕਰ ਰਹੇ ਸੀ ਉਹਨਾਂ ਦੀਆਂ ਮੰਗਾਂ ਲਈ ਉਹਨਾਂ ਨੇ 3 ਦਿਨ ਲਗਾਤਾਰ ਬੀ ਡੀ ਦਫ਼ਤਰ ਕੇ ਧਰਨਾ ਦਿੱਤਾ ਡੇਟਸ ਹੋ ਗਿਆ ਹਲਕੇ ਦੇ ਕੰਮ ਬੰਦ ਨੇ ਸਰਪੰਚਾਂ ਦੇ ਮਾਣ ਸਨਮਾਨ ਜਿਹੜੇ ਪੱਤੇ ਨੇ ਉਹ ਨਹੀਂ ਦਿੱਤੇ ਜਾ ਰਹੇ ਹਾਈ ਕੋਰਟ ਦੇ ਆਰਡਰ ਦੇ ਟਿੱਚ ਜਾਂਦੇ ਹੋਏ ਉਹਨਾਂ ਨੇ ਵੀ ਉਹ ਪ੍ਰਸ਼ਾਸਨ ਹੋਵੇ ਭਾਵੇਂ ਉਹ ਸੈਕਟਰੀ ਹੋਣ ਭਾਵੇਂ ਕਿ ਜੀ ਐਸ ਤੱਕ ਦਾ ਮਹਿਕਮਾ ਤੁਸੀਂ ਸਮਝ ਲਓ ਹਾਂ ਵੀ ਪ੍ਰਸ਼ਾਸਨ ਨੇ ਇੱਕ ਤਰਫਾ ਹੀ ਕਰ ਛੱਡਿਆ ਕਿ ਸਰਪੰਚਾਂ ਦੀ ਕੋਈ ਸੁਣਵਾਈ ਨਹੀਂ ਕਰਨੀ 1-1 ਲੱਖ ਰੁਪਏ 20-20 ਰੁਪਏ ਦੀ ਮੰਗ ਕੀਤੀ ਜਾਂਦੀ ਕੋਈ ਵੀ ਵਿਕਾਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਇਸ ਸਰਕਾਰ ਵੱਲੋਂ ਵਾਰ ਵਾਰ ਸਰਪੰਚਾਂ ਨੂੰ ਚੋਰ ਦੱਸ ਕੇ
ਦੱਸਿਆ ਜਾ ਰਿਹਾ ਜੀ। ਇਸ ਕਰਕੇ ਇਹਨਾਂ ਦੇ ਸੰਬੰਧ ਵਿੱਚ ਉਹਨਾਂ ਨੇ 3 ਦਿਨ ਧਰਨਾ ਲਾਇਆ ਸੀ। ਅੱਜ ਕਿੰਨੇ ਜਿਹੜਾ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਉੱਥੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਅਸੀਂ ਆਪ ਖੁਦ ਆਪਣੀ ਗ੍ਰਿਫਤਾਰੀ ਜਿਹੜੀ ਹੈ ਉਹ SSP ਦਫ਼ਤਰ ਦੇ ਬਾਹਰ ਆ ਕੇ ਦੇਵਾਂਗੇ। ਕਿੱਦਾਂ ਦੇਖਦੇ ਹੋ ਕਿ ਇਹ ਗ੍ਰਿਫਤਾਰੀ ਜਿਹੜੀ ਹੋਈ ਹੈ? ਇਹ ਤਾਂ ਜੀ 3-4 ਦਿਨ ਤੋਂ ਲਗਾਤਾਰ ਜੋ ਦੀ FIR ਹੋਈ ਸੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ 17 ਤਰੀਕ ਨੂੰ ਅਸੀਂ ਬਾਬਾ ਬੁੱਢਾ ਸਾਹਿਬ ਪਹਿਲਾਂ ਦਰਸ਼ਨ ਕਰਾਂਗੇ, ਸੰਗਰਾਂਦ ਦਾ ਦਿਹਾੜਾ, ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਕਾਲ ਦਿੱਤੀ ਹੋਈ ਸੀ। 17 ਤਰੀਕ ਨੂੰ SSP ਦਫ਼ਤਰ ਸਾਹਿਬ ਉੱਥੇ ਧਰਨਾ ਲੱਗਣਾ ਸੀ, ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਣੀ ਕਿਉਂਕਿ MLA ਨਰੇਸ਼ ਕਟਾਰੀਏ ਦੇ ਜਿਹੜੇ ਕੱਚੇ ਚਿੱਠੇ ਜਿਹੜੀ ਰਿਸ਼ਵਤਾਂ ਦੀ ਮੰਗ ਇਕੱਲੀ ਰਿਕਾਰਡਿੰਗ ਉਹਨਾਂ ਦੇ PA ਦੀ ਰਿਕਾਰਡਿੰਗ ਐਫੀਡੇਵਿਟ ਤੱਕ ਲੋਕਾਂ ਦੇ ਮੌਜੂਦ ਸੀ ਸਾਡੇ ਕੋਲ, ਉਹ ਅਸੀਂ ਨਿਸ਼ਚਿਤ ਕਰਨੇ ਸੀ ਅੱਜ। ਇਸ ਕਰਕੇ SSP ਸਾਹਿਬ ਤਾਂ ਦਬਾਅ 'ਚ ਆ ਗਏ। ਲਾਸਟ ਟਾਈਮ ਤਰਨ ਤਾਰਨ ਤੋਂ ਕਿਸੇ ਰੇਤਾ ਦੀ ਖੱਡ ਫੜੀ ਸੀ ਕਿ MLA ਦੀ ਕਿਉਂਕਿ ਉਹਨਾਂ ਦੇ ਭਾਈਏ ਦੀ ਕੋਈ ਦਸੀ ਉਹਦੇ ਸਮੇਂ SSP ਤਰਨ ਤਾਰਨ ਦੀ ਬਲੀ ਕਰਤੀ। ਇਹ ਤਾਂ SSP ਇਸੇ ਦਬਾਅ 'ਚ ਆ ਗਏ ਜੀ, ਹਾਂ ਵੀ ਜੇ ਇਹਨਾਂ ਦੇ MLA ਸਾਹਿਬ ਦੇ ਉਲਟ ਕੋਈ ਚੀਜ਼ ਆ ਗਈ ਤਾਂ ਫਿਰ ਵੀ ਬਦਲ ਕਰਨਗੇ ਪੰਜਾਬ ਸਰਕਾਰ ਦੇ ਜਿਹੜੀ ਹੈਗੀ ਉਹ, ਜਿਵੇਂ ਕਹਿ ਰਹੀ ਆ ਇੰਨੀ ਬੁਰੇ ਤਰ੍ਹਾਂ ਦੇ ਸਾਬਤ ਹੋ ਰਹੀ ਹੈ ਕਿ ਛੱਡ ਗਲਾਂ ਦੇ। ਬਿਲਕੁਲ ਵੱਡੇ ਜਿਹੜੇ ਆ ਰੋਪ ਜਿਹੜੇ ਲਗਾਏ ਜਾ ਰਹੇ ਹੈਗੇ ਨੇ ਮੌਜੂਦਾ ਵਿਧਾਇਕ ਦੇ ਉੱਪਰ ਕਿ ਉਹਨਾਂ ਦੇ ਵੱਲੋਂ ਆਪਣੇ ਜਿਹੜਾ ਹੈ ਸਰਪੰਚਾਂ ਦੇ ਕੰਮ ਨਹੀਂ ਕੀਤੇ ਜਾ ਰਹੇ, ਹਲਕੇ ਦੇ ਵਿੱਚ ਵਿਕਾਸ ਕਾਰਜ ਜਿਹੜੇ ਆ ਉਹ ਨਹੀਂ ਕੀਤੇ ਜਾ ਰਹੇ, ਜਿਸ ਨੂੰ ਲੈ ਕੇ ਅੱਜ ਉਹਨਾਂ ਦੇ ਵੱਲੋਂ ਜਿਹੜਾ ਇੱਥੇ ਗ੍ਰਿਫਤਾਰੀ ਦੇਣੀ ਸੀ ਲੇਕਿਨ ਉਹਨਾਂ ਨੂੰ ਜਿਹੜਾ ਪੁਲਿਸ ਦੇ ਵੱਲੋਂ ਅੱਜ ਸਵੇਰੇ ਹੀ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ। ਇੱਥੇ ਹੀ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਇਹ ਵੀ ਬੋਲਦੇ ਕਿਹਾ ਗਿਆ ਹੈ ਕਿ ਜਿਵੇਂ ਹੀ ਉਹ ਨਿਆਇਕ ਹਿਰਾਸਤ ਤੋਂ ਬਾਹਰ ਆਉਂਦੇ ਹਨ ਅਤੇ ਉਹ ਆਉਂਦਿਆਂ ਨਾਲ ਹੀ ਪੰਜਾਬ ਸਰਕਾਰ ਦੇ ਚਿੱਟੇ ਜਿਹੜੇ ਚਿੱਠੇ ਹੈਗੇ ਨੇ ਉਹ ਸਾਰਿਆਂ ਦੇ ਸਾਹਮਣੇ ਲੈ ਕੇ ਆਉਣਗੇ ਅਤੇ ਇਸ ਪੰਜਾਬ ਸਰਕਾਰ ਨੂੰ ਦਿਖਾਉਣਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿਧਾਇਕਾਂ ਦੇ ਵੱਲੋਂ ਇਹ ਜਿਹੜੇ ਕੰਮ ਕੀਤੇ ਜਾ ਰਹੇ ਹੈਗੇ ਹਨ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਪਾਏਗਾ ਕਿ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਕੀ ਵੱਡੇ ਜਿਹੜੇ ਹੈ ਉਹ ਚਿੱਠੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਖਿਲਾਫ ਖੋਲ੍ਹੇ ਜਾਣਗੇ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਕਸ਼ੇ ਗਲੋਤਰਾ, ਪੰਜਾਬ ਤੱਕ। ਕਰ ਲਓ ਗੱਲ ਗੱਲ ਕੁਲਬੀਰ ਸਿੰਘ ਜੀਰਾ ਜੀਰਾ ਤੇਰੀ ਸੋਚ ਤੇ ਜੀਰਾ ਤੇਰੀ ਸੋਚ ਤੇ ਜਿੰਨੀ ਤਰੀਕ ਤੱਕ ਨਾਇਕ ਰਸਤੇ ਭੇਜਿਆ ਹਾਂਜੀ ਕਿਵੇਂ ਅੱਜ ਸਵੇਰੇ ਕਿੱਥੇ ਪੇਸ਼ ਕੀਤਾ ਗਿਆ ਤੇ ਉਹਨਾਂ ਨੂੰ ਅੱਜ ਸਵੇਰੇ ਜੁਡੀਸ਼ਲ ਕੋਰਟ ਜੀਰਾ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਔਰ ਜੱਜ ਸਾਹਿਬ ਨੇ ਉਹਨਾਂ ਨੂੰ ਜਿਹੜਾ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸਰਦਾਰ ਕੁਲਬੀਰ ਸਿੰਘ ਜੀਰਾ ਨੇ ਕੋਈ ਵੀ ਵਕੀਲ ਖੜਾ ਕਰਕੇ ਆਪਣੀ ਜ਼ਮਾਨਤ ਲਈ ਨਹੀਂ ਅਪਲਾਈ ਕੀਤਾ ਔਰ ਹੁਣ ਜੋ ਕੁਲਬੀਰ ਸਿੰਘ ਜੀਰਾ ਦਾ ਸਾਨੂੰ ਹੁਕਮ ਹੋਏਗਾ ਅਸੀਂ ਉਹ ਠੋਕ ਵਜਾ ਕੇ ਕਰਾਂਗੇ। ਪਰ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਸੇ
ਗੱਲ ਇਹ ਆ ਕੋਈ ਗੱਲ ਗੱਲ ਇਹ ਆ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਨਸ਼ਲੇ ਦੇਣੀ ਸਰਪੰਚਾਂ ਦੇ ਹੱਥ ਚ ਉਹਨਾਂ ਦੀਆਂ ਮੰਗਾਂ ਨੂੰ ਦਵਾਉਣ ਲਈ ਜਿਹੜਾ ਧਰਨਾ ਲਾਇਆ ਸੀਗਾ ਉਸ ਧਰਨੇ ਦੇ ਵਿੱਚ ਇੱਕ ਜਾਲੀ ਸਰਟੀਫਿਕੇਟ ਐਮ ਐਲ ਏ ਨਰੇਸ਼ ਕਟਾਰੀਆ ਜਿਹੜਾ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਲਾਟਾਂ ਦੇ ਜਾਲੀ ਸਰਟੀਫਿਕੇਟ ਵੰਡ ਰਿਹਾ ਸੀ ਉਹ ਜਾਲੀ ਸਰਟੀਫਿਕੇਟ ਨੂੰ ਨਸ਼ਰ ਕਰਦੇ ਆ ਮੈਂ ਇਹ ਮੰਗ ਕੀਤੀ ਸੀ ਕਿ ਐਮ ਐਲ ਏ ਨਰੇਸ਼ ਕਟਾਰੀਆ ਤੇ ਵੀਡੀਓ ਜੀਰਾ ਤੇ ਉਹ ਜਿਹੜਾ ਪੰਚ ਅਧਿਕਾਰਤ ਪੰਚ ਆ ਉਹਦੇ ਪਰਚਾ ਦਰਜ ਕੀਤਾ ਜਾਵੇ ਪਰ ਜਦੋਂ ਤੋਂ ਮੈਨਿੰਗ ਦੇ ਵਿੱਚ ਜਿਹੜਾ ਆਪਣਾ ਉਹਦੇ ਜੀਜੇ ਦਾ ਐਮ ਐਲ ਏ ਦੇ ਜੀਜੇ ਦਾ ਪਰਚਾ ਹੋਇਆ ਤੇ ਤਰਨ ਤਾਰਨ ਤੋਂ ਐਸ ਐਸ ਪੀ ਦੀ ਬਦਲੀ ਹੋਈ ਹੈ ਇਹ ਐਸ ਐਸ ਪੀ ਨੇ ਆਪਦੀ ਕੁਰਸੀ ਬਚਾਉਣ ਲਈ ਜਿਹੜਾ ਔਰ ਐਮ ਐਲ ਏ ਨੂੰ ਬਚਾਉਣ ਲਈ ਆਪਦੀ ਕੁਰਸੀ ਨੂੰ ਬਚਾਉਣ ਲਈ ਜਿਹੜਾ ਪਰਚਾ ਦਰਜ ਕੀਤਾ ਇਸ ਤੋਂ ਬਾਅਦ ਮੈਂ ਹਾਈ ਕੋਰਟ ਜਾਵਾਂਗਾ ਔਰ ਐਮ ਐਲ ਏ ਤੇ ਪਰਚਾ ਦਰਜ ਕਰਾ ਕੇ ਰਵਾਂਗਾ ਕਿ ਜਿਹੜਾ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਬੇਵਕੂਫ ਬਣਾ ਰਿਹਾ ਇਸ ਕਰਕੇ ਸਰਪੰਚਾਂ ਦੀ ਲੜਾਈ ਆ ਲੋਕਾਂ ਦੀ ਲੜਾਈ ਆ ਲੋਕਾਂ ਦੀ ਲੜਾਈ ਲਈ 10 ਵਾਰੀ ਵੀ ਜੇਲ੍ਹ ਜਾਣਾ ਪਿਆ ਤੇ ਕੁਲਬੀਰ ਸਿੰਘ ਜੀਰਾ ਜਾ ਮੈਂ ਅੱਜ ਪੁਲਿਸ ਨੇ ਡਰਦਿਆਂ ਮੈਨੂੰ ਤਾਂ ਚੁੱਕਿਆ ਪਹਿਲਾਂ ਇਹ ਗੱਲ ਕਹੀ ਸੀ ਕਿ ਮੈਂ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਨਤਮਸਤਕ ਹੋ ਗਿਆ ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਪਰ ਐਸ ਐਸ ਪੀ ਨੂੰ ਜਦੋਂ ਮੈਂ ਕੱਲ ਵਿਖਾਇਆ ਕਿ ਢੱਗ ਕਿੱਥੇ ਵੇਖਦਾ ਰੇਤਾ ਕਿੱਥੇ ਵੇਖਦੀ ਹੈ ਗਲਤ ਕੰਮ ਜਿਹੜੇ ਆ ਉਹ ਸਾਰੀ ਪੁਲਿਸ ਕਰਾਉਂਦਾ ਐਸ ਐਸ ਪੀ ਸ਼ਹਿ ਥੱਲੇ ਹੁੰਦੇ ਆ ਐਸ ਐਸ ਪੀ ਨੇ ਉਹ ਗੱਲਾਂ ਨੂੰ ਲੁਕਾਉਣ ਲਈ ਕਿ ਪ੍ਰੈਸ ਗਾਉਣ ਪਰ ਮੈਂ ਉਹ ਜੇਲ੍ਹ 'ਚ ਆਉਂਦਿਆਂ ਸਾਰੀ ਮੀਡੀਆ ਅੱਗੇ ਉਹ ਸਾਰੀ ਇੱਕ ਵੇਹ ਪ੍ਰੂਫ ਜਿਹੜੇ ਆ ਉਹ ਕੱਲੀ ਕੱਲੀ ਗੱਲ ਜਿਹੜੀ ਉਹ ਜਨਤਕ ਕਰਾਂਗਾ ਡੀਐਸਪੀ ਜੀਰਾ ਦੀ ਗੱਡੀ ਹੈ ਜਿਹਦੇ 'ਚ ਮੈਨੂੰ ਗ੍ਰਿਫਤਾਰ ਕੀਤਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਹੜੀ ਵੀਡੀਓ ਭੇਜ ਰਿਹਾ ਕਿ ਦਾਰੂ ਦਾ ਜ਼ਖੀਰਾ ਔਰ ਨਸ਼ੇ ਨਾਲ ਹਮੇਸ਼ਾ ਦਾਰੂ ਨਾਲ ਜਿਹੜਾ ਟੁੰਨ ਰਹਿੰਦਾ ਘੱਟੋ ਘੱਟ 8-10 ਬੋਤਲਾਂ ਇਹਦੀ ਗੱਡੀ ਦੇ ਵਿੱਚੋਂ ਜਿਹੜੀਆਂ ਸੀ ਜਿਹੜੀਆਂ ਮੈਂ ਡਿੱਗੀ 'ਚ ਰਖਾਈਆਂ ਮੈਂ ਕਿਹਾ ਅੱਜ ਸੰਗਰਾਂਦ ਦਾ ਦਿਹਾੜਾ ਮੈਂ ਬਾਬਾ ਬੁੱਢਾ ਸਾਹਿਬ ਚੱਲਿਆ ਸੀ ਇਹਨੂੰ ਕੱਢੋ ਇਸ ਕਰਕੇ ਇਹ ਹਾਲਾਤ ਤੁਸੀਂ ਵੇਖ ਲਓ ਅੱਜ ਇਹੋ ਜਿਹੀਆਂ ਜਿਹੜੇ ਇਹਨਾਂ ਦੇ ਜਿਹੜੇ ਜਨਤਕ ਕਰਨੇ ਸੀ ਜਿਹੜੇ ਚਿੱਠੇ ਮੈਂ ਖੋਲ੍ਹਣੇ ਸੀ ਤਾਂ ਕਰਕੇ ਮੈਨੂੰ ਸਵੇਰੇ 4:30 ਵਜੇ ਜਦੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਲਈ ਮੈਂ ਜਾ ਰਿਹਾ ਸੀ ਤਾਂ ਮੈਨੂੰ ਇਹਨਾਂ ਨੇ ਘਰੋਂ ਰੈਸਟ ਕਰ ਲਿਆ ਕੋਈ ਨਹੀਂ ਫਿਕਰ ਨਾ ਕਰੋ ਸਾਰੇ ਜਾਣੇ ਤਕੜੇ ਰਹੋ ਮੈਂ ਤੁਹਾਡੇ ਨਾਲ ਹਾਂ ਤੁਹਾਡਾ ਆਸ਼ੀਰਵਾਦ ਅਤੇ ਪਿਆਰ ਚਾਹੀਦਾ ਭਰਾਵਾਂ ਦਾ ਕੋਈ ਗੱਲ ਨਹੀਂ ਇਹੋ ਜਿਹੀਆਂ ਜੇਲ੍ਹਾਂ ਤਾਂ ਆਈਆਂ ਅਤੇ ਗਈਆਂ ਧੰਨਵਾਦ ਫਿਰੋਜ਼ਪੁਰ ਦੇ ਜੀਰਾ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਅੱਜ ਫਿਰੋਜ਼ ਪੁਲਿਸ ਦੇ ਵੱਲੋਂ ਸਵੇਰੇ ਕਰੀਬ 4:30 ਵਜੇ ਜਿਹੜਾ ਹੈ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਕੁਛ ਦਿਨ ਪਹਿਲਾਂ ਬੀ ਡੀ ਪੀ ਓ ਜੀਰਾ ਦੇ ਵਿਖੇ ਧਰਨਾ ਦਿੱਤਾ ਗਿਆ ਸੀਗਾ ਸਰਪੰਚਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਸੀਗਾ ਕਿ ਬੀ ਡੀ ਓ ਪੀ ਦੇ ਵੱਲੋਂ ਗਲਤ ਸਰਟੀਫਿਕੇਟ ਬਣਾ ਕੇ ਜਿਹੜੇ ਹੈ ਉਹ ਧੋਖੇਧੜੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਬੀ ਡੀ ਓ ਦਫ਼ਤਰ ਦੇ ਅੰਦਰ ਦਿਨ ਰਾਤ ਜਿਹੜਾ ਲਗਾਤਾਰ ਧਰਨਾ ਦਿੱਤਾ ਗਿਆ ਸੀਗਾ ਅਤੇ ਅੱਜ ਦੇ ਦਿਨ
ਉਹਨਾਂ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਪਹੁੰਚ ਕੇ 12 ਵਜੇ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਗ੍ਰਿਫਤਾਰੀ ਦੇਣੀ ਸੀ, ਲੇਕਿਨ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਕਰੀਬ ਸਵੇਰੇ 4:30 ਵਜੇ ਉਹਨਾਂ ਨੂੰ ਇੱਥੋਂ ਗ੍ਰਿਫਤਾਰ ਕਰ ਲਿੱਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਜੀਰਾ ਦੀ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ, ਜਿਹਦੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਉੱਤੇ ਭੇਜ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਫਿਰੋਜ਼ਪੁਰ ਸਿਵਲ ਹਸਪਤਾਲ ਦੇ ਵਿੱਚ ਲੱਗ ਕੇ ਉਹਨਾਂ ਦਾ ਮੈਡੀਕਲ ਕੀਤਾ ਗਿਆ ਅਤੇ ਜਿਸ ਤੋਂ ਬਾਅਦ ਉਹਨਾਂ ਨੂੰ ਫਿਰੋਜ਼ਪੁਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਸਾਡੇ ਨਾਲ ਇੱਥੇ ਉਹਨਾਂ ਦੇ ਸਮਰਥਕ ਵੀ ਮੌਜੂਦ ਹੈਗੇ ਨੇ, ਉਹਨਾਂ ਤੋਂ ਵੀ ਜਾਣਕਾਰੀ ਲੈ ਲੈਂਦੇ ਹਾਂ। ਸਰ, ਕਿੱਦਾਂ ਦੇਖਦੇ ਹੋ ਕਿ ਅੱਜ ਕੁਲਬੀਰ ਸਿੰਘ ਜੀਰਾ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਜੀ? ਇਹ ਕੁਲਬੀਰ ਸਿੰਘ ਜੀਰਾ ਜਿਹੜੀ ਗ੍ਰਿਫਤਾਰੀ ਹੈ, ਇਹਨਾਂ ਦੇ ਆਪਦੇ ਕੋਲ ਨਿੱਜੀ ਸਵਾਰਥ ਕਰਕੇ ਇਹ ਸਰਪੰਚ ਸਾਹਿਬਾਨਾਂ ਦਾ ਸਮਰਥਨ ਕਰ ਰਹੇ ਸੀ। ਉਹਨਾਂ ਦੀਆਂ ਮੰਗਾਂ ਲਈ ਉਹਨਾਂ ਨੇ 3 ਦਿਨ ਲਗਾਤਾਰ ਵੀਡੀਓ ਦਫ਼ਤਰ ਵਿਖੇ ਧਰਨਾ ਦਿੱਤਾ। 1.5 ਸਾਲ ਹੋ ਗਿਆ ਹਲਕੇ ਦੇ ਕੰਮ ਬੰਦ ਨੇ, ਸਰਪੰਚਾਂ ਦੇ ਮਾਣ ਸਨਮਾਨ ਜਿਹੜੇ ਪੱਤੇ ਨੇ ਉਹ ਨਹੀਂ ਦਿੱਤੇ ਜਾ ਰਹੇ। ਹਾਈਕੋਰਟ ਦੇ ਆਰਡਰਾਂ ਦੇ ਟਿੱਚ ਜਾਂਦੇ ਹੋਏ ਉਹਨਾਂ ਨੇ ਵੀਡੀਓ ਪ੍ਰਸ਼ਾਸਨ ਹੋਵੇ, ਭਾਵੇਂ ਉਹ ਸੈਕਟਰੀ ਹੋਣ, ਭਾਵੇਂ ਕਿ GRS ਤੱਕ ਦਾ ਮਹਿਕਮਾ ਤੁਸੀਂ ਸਮਝ ਲਓ, ਹਾਂ ਵੀ ਪ੍ਰਸ਼ਾਸਨ ਨੇ ਇੱਕ ਤਰਫਾ ਹੀ ਕਰ ਛੱਡਿਆ ਕਿ ਸਰਪੰਚਾਂ ਦੀ ਕੋਈ ਸੁਣਵਾਈ ਨਹੀਂ ਕਰਨੀ। 1-1 ਲੱਖ ਰੁਪਏ ਪਿੱਛੇ 20-20 ਹਜ਼ਾਰ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਜੀ ਕੋਈ ਵੀ ਵਿਕਾਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ। ਅਤੇ ਇਸ ਸਰਕਾਰ ਵੱਲੋਂ ਵਾਰ ਵਾਰ ਸਰਪੰਚਾਂ ਨੂੰ ਚੋਰ ਦੱਸ ਕੇ ਦੱਸਿਆ ਜਾ ਰਿਹਾ ਜੀ। ਇਸ ਕਰਕੇ ਇਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ 3 ਦਿਨ ਧਰਨਾ ਲਾਇਆ। ਅੱਜ ਕਿੰਨੇ ਵਜੇ ਜਿਹੜਾ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ? ਅਤੇ ਅੱਜ ਉੱਥੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਅਸੀਂ ਆਪ ਖੁਦ ਆਪਣੀ ਗ੍ਰਿਫਤਾਰੀ ਜਿਹੜੀ ਹੈ ਉਹ SSP ਦਫ਼ਤਰ ਦੇ ਬਾਹਰ ਆ ਕੇ ਦੇਵਾਂਗੇ। ਕਿੱਦਾਂ ਦੇਖਦੇ ਹੋ ਕਿ ਇਹ ਗ੍ਰਿਫਤਾਰੀ ਜਿਹੜੀ ਹੋਈ ਹੈ? ਇਹ ਤਾਂ ਜੀ 3-4 ਦਿਨ ਤੋਂ ਲਗਾਤਾਰ ਜੋ ਦੀ FIR ਹੋਈ ਸੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ 17 ਤਰੀਕ ਨੂੰ ਅਸੀਂ ਬਾਬਾ ਬੁੱਢਾ ਸਾਹਿਬ ਪਹਿਲਾਂ ਦਰਸ਼ਨ ਕਰਾਂਗੇ, ਸੰਗਰਾਂਦ ਦਾ ਦਿਹਾੜਾ, ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਕਾਲ ਦਿੱਤੀ ਹੋਈ ਸੀ 17 ਤਰੀਕ ਨੂੰ SSP ਦਫ਼ਤਰ ਸਾਹਿਬ ਉੱਥੇ ਧਰਨਾ ਲੱਗਣਾ। ਉਸ ਤੋਂ ਪ੍ਰੈਫਰੈਂਸ ਹੋਣੀ ਕਿਉਂਕਿ MLA ਰੇਸ਼ ਕਟਕੀਏ ਦੇ ਜਿਹੜੇ ਕੱਚੇ ਚਿੱਠੇ ਜਿਹੜੀ ਰਿਸ਼ਵਤਾਂ ਦੀ ਮੰਗ, ਇਕੱਲੀ ਰਿਕਾਰਡਿੰਗ ਉਹਨਾਂ ਦੇ PA ਦੀ ਰਿਕਾਰਡਿੰਗ, ਐਫੀਡੇਵਿਟ ਤੱਕ ਲੋਕਾਂ ਦੇ ਮੌਜੂਦ ਸੀ ਸਾਡੇ ਕੋਲ, ਉਹ ਅਸੀਂ ਨਛੱਤਰ ਕਰਨੇ ਸੀ ਅੱਜ। ਇਸ ਕਰਕੇ SSP ਸਾਹਿਬ ਤਾਂ ਦਬਾਅ 'ਚ ਆ ਕੇ ਲਾਸਟ ਟਾਈਮ ਤਰਨ ਤਾਰਨ ਤੋਂ ਕਿਸੇ ਰੇਤਾ ਦੀ ਖੱਡ ਫੜੀਚੀ ਸੀ ਕੇ MLA ਦੀ, ਚੁੱਕ ਕੇ ਉਹਨਾਂ ਦੇ ਭਣਵਾਈਏ ਦੀ ਕੋਈ ਖੱਡ ਸੀ ਉਹਦੇ ਸੰਬੰਧ 'ਚ SSP ਤਰਨ ਤਾਰਨ ਦੀ ਬਦਲੀ ਕਰੀ। ਇਹ SSP ਇਸੇ ਦਬਾਅ 'ਚ ਹੀ ਆ ਗਏ ਜੀ, ਹਾਂ ਵੀ ਅਤੇ ਇਹਨਾਂ ਦੇ MLA ਸਾਹਿਬ ਦੇ ਉਲਟ ਕੋਈ ਚੀਜ਼ ਆ ਗਈ ਅਤੇ ਮੇਰੀ ਵੀ ਬਦਲੀ ਕਰਨਗੇ। ਪੰਜਾਬ ਸਰਕਾਰ ਦੇ ਜਿਹੜੀ ਹੈਗੀ ਉਹ ਜਿਵੇਂ ਕਹਿ ਰਹੀ ਆ ਇੰਨੀ ਬੁਰੇ ਤਰ੍ਹਾਂ ਦੇ ਸਾਬਤ ਹੋ ਰਹੀ ਹੈ ਕਿ ਛੱਡ ਗੱਲਾਂ ਦੇ। ਬਿਲਕੁਲ, ਵੱਡੇ ਜਿਹੜੇ ਆ ਰੋਲ ਜਿਹੜੇ ਲਗਾਏ ਜਾ ਰਹੇ ਹੈਗੇ ਨੇ ਮੌਜੂਦਾ ਵਿਧਾਇਕ ਦੇ ਉੱਪਰ ਕਿ ਉਹਨਾਂ ਦੇ ਵੱਲੋਂ ਆਪਣੇ ਜਿਹੜਾ ਹੈ ਸਰਪੰਚਾਂ ਦੇ ਕੰਮ ਨਹੀਂ ਕੀਤੇ ਜਾ ਰਹੇ, ਕਿਤੇ ਵਿਕਾਸ ਕਾਰਜ ਜਿਹੜੇ ਆ ਉਹ ਨਹੀਂ ਕੀਤੇ ਜਾ ਰਹੇ, ਲੈ ਕੇ ਅੱਜ ਦੇ ਵੱਲੋਂ ਇੱਥੇ ਗ੍ਰਿਫਤਾਰੀ ਦੀ ਲੇਖੀ ਉਹਨਾਂ ਨੂੰ ਪੁਲਿਸ ਨੂੰ ਅੱਜ ਦੇ ਹੀ ਹੈ ਉੱਥੇ ਕੁਲਬੀਰ ਜੀਰਾ ਦੇ ਤੋਂ ਵੀ ਬੋਲਿਆ ਗਿਆ ਕਿ ਘਰਾਂ ਤੋਂ ਬਾਹਰ ਆਉਂਦੇ ਉਹ ਪੰਜਾਬਕਾਰ ਦੇ ਚਿੱਟੇ ਜਿਹੜੇ ਚਿੱਟੇ ਹੈਗੇ ਸਾਰਿਆਂ ਦੇ ਸਾਹਮਣੇ ਲੈ ਆਉਣਗੇ, ਇਸ ਪੰਜਾਬ ਸਰਕਾਰ ਨੂੰ ਦਿਖਾਉਣਗੇ ਕਿ ਕਿਹੜੇ ਵਿਧਾਇਕਾਂ ਦੇ ਵੱਲੋਂ ਇਹ ਜਿਹੜੇ ਕੰਮ ਕੀਤੇ ਜਾ ਰਹੇ ਹਨ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਕੁਲਬੀਰ ਸਿੰਘ ਜੀ ਦੇ ਵੱਲੋਂ ਕੀ ਵੱਡੇ ਜਿਹੜੇ ਹੈ ਉਹ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਖਿਲਾਫ ਖੋਲ੍ਹੇ ਜਾਣਗੇ। ਉਸ ਤੋਂ ਕੈਮਰਾ ਪਰਸਨ ਅਕਸ਼ੇ ਗਲਹੋਤਰਾ ਪੰਜਾਬ ਤੱਕ। ਉਹਨਾਂ ਦੇ ਜਿਹੜੇ ਸਮਰਥਕ ਹੈ ਜਿਹਨਾਂ ਦੇ ਅਣਪਛਾਤੇ ਪਾਏ ਗਏ ਆ ਉਹਨਾਂ ਦੇ ਵੀ ਗ੍ਰਿਫਤਾਰੀ ਜਿਹੜੀ ਕੀਤੀ ਜਾਵੇ, ਉਹਨਾਂ ਦੇ ਨਾਲ ਮੈਂ
जेल के जाने तैयार हाँ, पर हजे तक जो कल कुलबीर सिंह जीरा की जी गिरफ्तारी उत्तर चली गई है और उन्होंने हम सिविल अस्पताल के कल कुलबीर सिंह जीरा लिया गया जिथे उन्होंने मेडिकल करवाया जा रहा और उस तो बाद जरा केंद्रीय जेल फिरोजपुर के ले जाया जाएगा और उस तो पहला जोड़ा इन्हों ड्यूटी मजिस्ट्रेट के उन्होंने को पेश किया गया जिथे इन्हों कुलबीर सिंह जीरा जीरा तेरी सोच ते मेरा देंगे ठोके जीरा तेरी सोच ते मेरा देंगे ठोके जिन्नी तरीक तक नया एक्शन रस्ते पे गया कत्ती हाँ जी कत्ती तारीख तक की मैं आज सवेरे कितने पेश किया गया थे उन्होंने आज सवेरे जुडिशियल कोर्ट जीरा दे विच उन्हां नूं पेश किया गया और जज साहब ने उन्हां नूं जिहड़ा न्यायिक हिरासत विच भेज दिता है। सरदार कुलबीर सिंह जीरा ने कोई भी वकील खड़ा करके अपनी जमानत लई नहीं अपलाई किया और हुण जो कुलबीर सिंह जीरा दा सानू हुक्म होएगा ओ ठोक वजा के करांगे। पर उस धरने के एक जाली सर्टिफिकेट एम एल ए नरेश कटारिया जिहड़ा पिंडां दे विच लोकां नूं प्लाटां दे जाली सर्टिफिकेट वंड रहा सी उह जाली सर्टिफिकेट नूं नशर करदिआं मैं मंग कीती सी कि एम एल ए नरेश कटारिया ते वीडियो जीरा ते उह जिहड़ा पंच अधिकारत पंच आ उहदे ते परचा दर्ज कीता जावे। पर जदों तों मैनिंग दे विच जिहड़ा अपना उहदे जीजे दा एम एल ए दे जीजे दा परचा आया ते तरन तारण तों एस एस पी दी बदली होई है। ये एस एस पी ने आपकी कुर्सी बचाने लई जिहड़ा और एम एल ए नूं बचाउण लई आपकी कुर्सी नूं बचाउण लई जिहड़ा परचा दर्ज कीता। इस तों बाद मैं हाई कोर्ट जावांगा और एम एल ए ते परचा दर्ज करा के रहांगा कि जिहड़ा लोकां नूं आम आदमी पार्टी की सरकार च बेवकूफ बना रहा। इस करके सरपंचां दी लड़ाई आ लोकां दी लड़ाई आ लोकां दी लड़ाई लई 10 वारी भी जेल जाना पिया ते कुलबीर सिंह जीरा जा बाबा बुढ़ा साहब तो मत्था टेक के नतमस्तक हो गया जी संगरांद का शुभ दिहाड़ा। पर एस एस पी जो मैं कल विखाया कि चिट्टा किथे किथे विकदा है रेता किथे विकदी है गलत काम जेड़े आ सारी पुलिस कराउंदी है एस एस पी शह थले हुंदे आ। एस एस पी ने वह गल्लां नूं लुकाउण लई कि प्रेस अगे ना आउण पर मैं वह जेल चो आउंदिआं सारी मीडिया दे अगे उह सारी एक विद प्रूफ जिहड़े आ उह कल्ली कल्ली गल जिहड़ी उह जनतक करांगा। जिंदाबाद 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 जिंदाबाद।
ਸਸਿਕਲ ਦੋਸਤੋ ਇਹ ਡੀਐਸਪੀ ਜੀਰਾ ਦੀ ਗੱਡੀ ਹੈ ਜਿੰਦੇ ਚ ਮੈਨੂੰ ਗ੍ਰਿਫਤਾਰ ਕੀਤਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਹੜੀ ਵੀਡੀਓ ਭੇਜ ਰਿਹਾ ਕਿ ਦਾਰੂ ਦਾ ਜ਼ਖੀਰਾ ਔਰ ਨਸ਼ੇ ਨਾਲ ਹਮੇਸ਼ਾ ਦਾਰੂ ਨਾਲ ਜਿਹੜਾ ਟੁੰਨ ਰਹਿੰਦਾ ਘੱਟੋ ਘੱਟ 8-10 ਬੋਤਲਾਂ ਇਹਦੀ ਗੱਡੀ ਦੇ ਵਿੱਚੋਂ ਜਿਹੜੀਆਂ ਸੀ ਜਿਹੜੀਆਂ ਮੈਂ ਡਿੱਗੀ 'ਚ ਰਖਾਈਆਂ ਮੈਂ ਕਿਹਾ ਅੱਜ ਸੰਗਰਾਂਦ ਦਾ ਦਿਹਾੜਾ ਮੈਂ ਬਾਬਾ ਬੁੱਢਾ ਸਾਹਿਬ ਚੱਲਿਆ ਸੀ ਇਹਨੂੰ ਕੱਢੋ ਇਸ ਕਰਕੇ ਇਹ ਹਾਲਾਤ ਤੁਸੀਂ ਵੇਖ ਲਓ ਅੱਜ ਇਹੋ ਜਿਹੀਆਂ ਜਿਹੜੇ ਇਹਨਾਂ ਦੇ ਜਿਹੜੇ ਜਨਤਕ ਕਰਨੇ ਸੀ ਜਿਹੜੇ ਚਿੱਠੇ ਮੈਂ ਖੋਲ੍ਹਣੇ ਸੀ ਤਾਂ ਕਰਕੇ ਮੈਨੂੰ ਸਵੇਰੇ 4:30 ਵਜੇ ਜਦੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਵਾਲੀ ਮੈਂ ਜਾ ਰਿਹਾ ਸੀ ਤਾਂ ਮੈਨੂੰ ਇਹਨਾਂ ਨੇ ਘਰੋਂ ਅਰੈਸਟ ਕਰ ਲਿਆ ਕੋਈ ਨਹੀਂ ਫਿਕਰ ਨਾ ਕਰੋ ਸਾਰੇ ਜਣੇ ਤਕੜੇ ਰਹੋ ਮੈਂ ਤੁਹਾਡੇ ਨਾਲ ਹਾਂ ਤੁਹਾਡਾ ਆਸ਼ੀਰਵਾਦ ਅਤੇ ਪਿਆਰ ਚਾਹੀਦਾ ਭਰਾਵਾਂ ਦਾ ਕੋਈ ਗੱਲ ਨਹੀਂ ਇਹੋ ਜਿਹੀਆਂ ਜੇਲ੍ਹਾਂ ਤਾਂ ਆਈਆਂ ਅਤੇ ਗਈਆਂ ਧੰਨਵਾਦ ਫਿਰੋਜ਼ਪੁਰ ਦੇ ਜੀਰਾ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਅੱਜ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਸਵੇਰੇ ਕਰੀਬ 4:30 ਵਜੇ ਜਿਹੜਾ ਹੈ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਕੁਛ ਦਿਨ ਪਹਿਲਾਂ BDPO ਜੀਰਾ ਦੇ ਵਿਖੇ ਧਰਨਾ ਦਿੱਤਾ ਗਿਆ ਸੀਗਾ ਸਰਪੰਚਾਂ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਸੀਗਾ ਕਿ BDOP ਦੇ ਵੱਲੋਂ ਗਲਤ ਸਰਟੀਫਿਕੇਟ ਬਣਾ ਕੇ ਜਿਹੜੇ ਹੈ ਉਹ ਧੋਖੇਧੜੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ BDO ਦਫ਼ਤਰ ਦੇ ਅੰਦਰ ਦਿਨ ਰਾਤ ਜਿਹੜਾ ਲਗਾਤਾਰ ਧਰਨਾ ਦਿੱਤਾ ਗਿਆ ਸੀਗਾ ਅਤੇ ਅੱਜ ਦੇ ਦਿਨ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਪਹੁੰਚ ਕੇ 12 ਵਜੇ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਗ੍ਰਿਫਤਾਰੀ ਦੇਣੀ ਸੀ ਲੇਕਿਨ ਅੱਜ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਕਰੀਬ ਸਵੇਰੇ 4:30 ਵਜੇ ਉਹਨਾਂ ਨੂੰ ਇੱਥੋਂ ਗ੍ਰਿਫਤਾਰ ਕਰ ਲਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਜੀਰਾ ਦੀ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਉੱਤੇ ਭੇਜ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਲਿਆ ਕੇ ਉਹਨਾਂ ਦਾ ਮੈਡੀਕਲ ਕੀਤਾ ਗਿਆ ਅਤੇ ਜਿਸ ਤੋਂ ਬਾਅਦ ਉਹਨਾਂ ਨੂੰ ਫਿਰੋਜ਼ਪੁਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸਾਡੇ ਨਾਲ ਇੱਥੇ ਉਹਨਾਂ ਦੇ ਸਮਰਥਕ ਵੀ ਮੌਜੂਦ ਹੈਗੇ ਨੇ ਉਹਨਾਂ ਤੋਂ ਵੀ ਜਾਣਕਾਰੀ ਲੈ ਲੈਂਦੇ ਹਾਂ ਸਰ ਕਿੱਦਾਂ ਦੇਖਦੇ ਹੋ ਕਿ ਅੱਜ ਕੁਲਬੀਰ ਸਿੰਘ ਜੀਰਾ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਜੀ ਇਹ ਕੁਲਬੀਰ ਸਿੰਘ ਜੀਰਾ ਜਿਹੜੀ ਗ੍ਰਿਫਤਾਰੀ ਹੈ ਉਹਨਾਂ ਦੇ ਆਪਦੇ ਕੋਈ ਨਿੱਜੀ ਸਵਾਰਥਾਂ ਕਰਕੇ ਨਹੀਂ ਹੋਈ ਇਹ ਸਰਪੰਚ ਸਾਹਿਬਾਨਾਂ ਦਾ ਸਮਰਥਨ ਕਰ ਰਹੇ ਸੀ ਉਹਨਾਂ ਦੀਆਂ ਮੰਗਾਂ ਲਈ ਉਹਨਾਂ ਨੇ 3 ਦਿਨ ਲਗਾਤਾਰ BDO ਦਫ਼ਤਰ ਕੇ ਧਰਨਾ ਦਿੱਤਾ 1.5 ਸਾਲ ਹੋ ਗਿਆ ਹਲਕੇ ਦੇ ਕੰਮ ਬੰਦ ਨੇ ਸਰਪੰਚਾਂ ਦੇ ਮਾਣ ਸਨਮਾਨ ਜਿਹੜੇ ਭੱਤੇ ਨੇ ਉਹ ਨਹੀਂ ਦਿੱਤੇ ਜਾ ਰਹੇ ਹਾਈ ਕੋਰਟ ਦੇ ਆਰਡਰਾਂ ਦੇ ਟਿੱਚ ਜਾਂਦੇ ਹੋਏ ਉਹਨਾਂ ਨੇ BDO ਪ੍ਰਸ਼ਾਸਨ ਹੋਵੇ ਭਾਵੇਂ ਉਹ ਸੈਕਟਰੀ ਹੋਣ ਭਾਵੇਂ ਕਿ GRS ਤੱਕ ਦਾ ਮਹਿਕਮਾ ਤੁਸੀਂ ਸਮਝ ਲਓ ਹਾਂ ਵੀ ਪ੍ਰਸ਼ਾਸਨ ਨੇ ਇੱਕ ਤਰਫਾ ਹੀ ਕਰ ਛੱਡਿਆ ਕਿ ਸਰਪੰਚਾਂ ਦੀ ਕੋਈ ਸੁਣਵਾਈ ਨਹੀਂ ਕਰਨੀ 1-1 ਲੱਖ ਰੁਪਏ ਪਿੱਛੇ 20,000 ਰੁਪਏ ਦੀ ਮੰਗ ਕੀਤੀ ਜਾਂਦੀ ਹੈ ਜੀ ਕੋਈ ਵੀ ਵਿਕਾਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਇਸ ਸਰਕਾਰ ਵੱਲੋਂ ਵਾਰ ਵਾਰ ਸਰਪੰਚਾਂ ਨੂੰ ਚੋਰ ਦੱਸ ਕੇ ਦੱਸਿਆ ਜਾ ਰਿਹਾ ਜੀ ਇਸ ਕਰਕੇ ਇਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ 3 ਦਿਨ ਧਰਨਾ ਲਾਇਆ ਸੀ ਅੱਜ ਕਿੰਨੇ ਵਜੇ ਜਿਹੜਾ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅੱਜ ਉੱਥੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਅਸੀਂ ਆਪ ਖੁਦ ਆਪਣੀ ਗ੍ਰਿਫਤਾਰੀ ਜਿਹੜੀ ਹੈ ਉਹ SSP ਦਫ਼ਤਰ ਦੇ ਬਾਹਰ ਆ ਕੇ ਦੇਵਾਂਗੇ ਕਿੱਦਾਂ ਦੇਖਦੇ ਹੋ ਕਿ ਇਹ ਗ੍ਰਿਫਤਾਰੀ ਜਿਹੜੀ ਹੋਈ ਹੈ ਇਹ ਤਾਂ ਜੀ 3-4 ਦਿਨ ਤੋਂ ਲਗਾਤਾਰ ਜੋ ਦੀ FIR ਹੋਈ ਸੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ 17 ਤਰੀਕ ਨੂੰ ਬਾਬਾ ਬੁੱਢਾ ਸਾਹਿਬ ਪਹਿਲਾਂ ਦਰਸ਼ਨ ਕਰਾਂਗੇ ਸੰਗਰਾਂਦ ਦਾ ਦਿਹਾੜਾ ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਕਾਲ ਦਿੱਤੀ ਹੋਈ ਸੀ 17 ਤਰੀਕ ਨੂੰ SSP ਦਫ਼ਤਰ ਸਾਹਿਬ ਉੱਥੇ ਧਰਨਾ ਲੱਗਣਾ ਸੀ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਣੀ ਕਿਉਂਕਿ MLA ਨਰੇਸ਼ ਕਟਾਰੀਏ ਦੇ ਜਿਹੜੇ ਕੱਚੇ ਚਿੱਠੇ ਜਿਹੜੀ ਰਿਸ਼ਵਤਾਂ ਦੀ ਮੰਗ ਇਕੱਲੀ ਰਿਕਾਰਡਿੰਗ ਉਹਨਾਂ ਦੇ PA ਦੀ ਰਿਕਾਰਡਿੰਗ ਐਫੀਡੇਵਿਟ ਤੱਕ ਲੋਕਾਂ ਦੇ ਮੌਜੂਦ ਸੀ ਸਾਡੇ ਕੋਲ ਉਹ ਅਸੀਂ ਨਛੱਤਰ ਕਰਨੇ ਸੀ ਅੱਜ ਇਸ ਕਰਕੇ SSP ਸਾਹਿਬ ਤਾਂ ਦਬਾਅ 'ਚ ਆ ਗਏ ਲਾਸਟ ਟਾਈਮ ਤਰਨ ਤਾਰਨ ਤੋਂ ਕਿਸੇ ਰੇਤਾ ਦੀ ਖੱਡ ਫੜੀਚੀ ਹੀ ਗਏ MLA ਦੀ ਚੁੱਕ ਕੇ ਉਹਨਾਂ ਦੇ ਭਰਵਾਈਏ ਦੀ ਕੋਈ ਖੱਡ ਸੀ ਉਹਦੇ ਸੰਬੰਧ 'ਚ SSP ਤਰਨ ਤਾਰਨ ਦੀ ਬਦਲੀ ਕਰਤੀ ਇਹ ਤਾਂ SSP ਇਸੇ ਦਬਾਅ 'ਚ ਹੀ ਆ ਗਏ ਜੀ ਹਾਂ ਵੀ ਜੇ ਇਹਨਾਂ ਦੇ MLA ਸਾਹਿਬ ਦੇ ਉਲਟ ਕੋਈ ਚੀਜ਼ ਆ ਗਈ ਤਾਂ ਮੇਰੀ ਵੀ ਬਦਲੀ ਕਰਨਗੇ ਪੰਜਾਬ ਸਰਕਾਰ ਦੇ ਜਿਹੜੀ ਹੈਗੀ ਉਹ ਜਿਵੇਂ ਕਹਿ ਦਈਏ ਇੰਨੀ ਬੁਰੇ ਤਰ੍ਹਾਂ ਦੇ ਸਾਬਤ ਹੋ ਰਹੀ ਹੈ ਕਿ ਛੱਡ ਗੱਲਾਂ ਦੇ ਬਿਲਕੁਲ ਵੱਡੇ ਜਿਹੜੇ ਹੈ ਰੋਪ ਜਿਹੜੇ ਲਗਾਏ ਜਾ ਰਹੇ ਹੈਗੇ ਨੇ ਮੌਜੂਦਾ ਵਿਧਾਇਕ ਦੇ ਉੱਪਰ ਕਿ ਉਹਨਾਂ ਦੇ ਵੱਲੋਂ ਆਪਣੇ ਜਿਹੜਾ ਹੈ ਸਰਪੰਚਾਂ ਦੇ ਕੰਮ ਨਹੀਂ ਕੀਤੇ ਜਾ ਰਹੇ ਹਲਕੇ ਦੇ ਵਿੱਚ ਵਿਕਾਸ ਕਾਰਜ ਜਿਹੜੇ ਉਹ ਨਹੀਂ ਕੀਤੇ ਜਾ ਰਹੇ ਜਿਸ ਨੂੰ ਲੈ ਕੇ ਅੱਜ ਉਹਨਾਂ ਦੇ ਵੱਲੋਂ ਜਿਹੜਾ ਇੱਥੇ ਗ੍ਰਿਫਤਾਰੀ ਦੇਣੀ ਸੀ ਲੇਕਿਨ ਉਹਨਾਂ ਨੂੰ ਜਿਹੜਾ ਪੁਲਿਸ ਦੇ ਵੱਲੋਂ ਅੱਜ ਸਵੇਰੇ ਹੀ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਉੱਥੇ ਹੀ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਇਹ ਵੀ ਬੋਲਦੇ ਕਿਹਾ ਗਿਆ ਹੈ ਕਿ ਜਿਵੇਂ ਹੀ ਉਹ ਨਿਆਇਕ ਹਿਰਾਸਤ ਤੋਂ ਬਾਹਰ ਆਉਂਦੇ ਹਨ ਅਤੇ ਉਹ ਆਉਂਦਿਆਂ ਨਾਲ ਹੀ ਪੰਜਾਬ ਸਰਕਾਰ ਦੇ ਚਿੱਟੇ ਜਿਹੜੇ ਚਿੱਠੇ ਹੈਗੇ ਨੇ ਉਹ ਦੇ ਲੈ ਕੇ ਆਉਣਗੇ ਅਤੇ ਪੰਜਾਬ ਸਰਕਾਰ ਨੂੰ ਦਿਖਾਉਣਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿਧਾਇਕਾਂ ਦੇ ਵੱਲੋਂ ਇਹ ਜਿਹੜੇ ਕੰਮ ਕੀਤੇ ਜਾ ਰਹੇ ਹੈਗੇ ਹਨ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਪਾਏਗਾ ਕਿ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਕੀ ਵੱਡੇ ਹੈ ਉਹ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਖਿਲਾਫ ਖੋਲ੍ਹੇ ਜਾਣਗੇ ਸਰਕਾਰ ਕੁਲਬੀਰ ਸਿੰਘ ਜੀਰਾ ਜਿੰਦਾ
कर लो गल गल सदर थाना लिजाया गया उन्होंने साफ तौर पर कि उन्होंने जो समर्थक है जिन्हें अणपछाते पाए गए उन्होंने भी गिरफ्तारी जी की जाए उन्होंने नाल ही जरा मैं जेल के जानू तैयार हाँ पर हजे तक जो कले कुलबीर सिंह जीरा की जी गिरफ्तारी उसे की गई है और उन्होंने हम सिविल हस्पताल के कले कुलबीर सिंह जीरा लिया गया जिथे उन्होंने मेडिकल करवाया जा रहा और उस बाद जरा केंद्रीय जेल फिरोजपुर के लिए लिजाया जाएगा और उस तो पहला जोड़ा इन्हों ड्यूटी मजिस्ट्रेट के उन्होंने को पेश किया गया जिथे इन्हों कुलबीर सिंह जीरा जीरा तेरी सोच ते जीरा तेरी सोच ते 19 तारीख तक नया एक्शन रस्ते पे गया 31 तारीख हां जी 31 तारीख तक की में आज सवेरे किथे पेश किया गया ते उन्होंने कि आज सवेरे जुडिशियल कोर्ट जीरा दे विच उन्होंने पेश किया गया और जज साहब ने उन्होंने जेड़ा न्यायिक हिरासत विच भेज दिता है। सरदार कुलबीर सिंह जीरा ने कोई भी वकील खड़ा करके अपनी जमानत लई नहीं अपलाई किया और हुण जो कुलबीर सिंह जीरा दा सानू हुक्म होएगा असीं उह ठोक वजा के करांगे। नरेश कटारिया जिहड़ा पिंडां दे विच लोकां नूं प्लाटां दे जाली सर्टिफिकेट वंड रहा सी उह जाली सर्टिफिकेट नूं नशर करदे आ मैं मंग कीती सी कि एमएलए नरेश कटारिया ते वीडियो जीरा ते उह जिहड़ा पंच अधिकारत पंच आउंदे ते सर्च जावे पर जदों तों ट्रेनिंग दे विच आपां उहदे जीजे एमएलए जीजे दा परचा होया ते तरतरन सस्पल्ली एसएसपी ने आपदी कुर्सी बचाउण लई जिहड़ा और एमएलए बचाउण लई आपदी कुर्सी नूं बचाउण लई ਜਿਹੜਾ ਪਰਚਾ ਦਰਜ ਕੀਤਾ ਇਸ ਤੋਂ ਬਾਅਦ ਮੈਂ ਹਾਈ ਕੋਰਟ ਜਾਵਾਂਗਾ ਔਰ ਐਮਏ ਤੇ ਪਰਚਾ ਕਰਾ ਕਰਾਂਗਾ ਕਿ ਜਿਹੜਾ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬੇਵਕੂਫ ਬਣਾ ਰਿਹਾ ਇਸ ਕਰਕੇ ਸਰਪੰਚਾਂ ਦੀ ਲੜਾਈ ਆ ਲੋਕਾਂ ਦੀ ਲੜਾਈ ਆ ਲੋਕਾਂ ਦੀ ਲੜਾਈ ਲਈ 10 ਵਾਰੀ ਵੀ ਜੇਲ੍ਹ ਜਾਣਾ ਪਿਆ ਤੇ ਕੁਲਬੀਰ ਸਿੰਘ ਜੀਰਾ ਜਾ ਕੇ
मैं अज पुलिस ने डरद मेनू तां चुकिया। मैं पहला ये गल कही सी कि मैं बाबा बुढ़ा साहब तो मत्था टेक के नतमस्तक हो गया जी संगरांद का शुभ दिहाड़ा। पर SSP नूं जदों मैं कल विखाया कि चिट्टा किथे किथे विक रहा है, रेता किथे विकदी है, गलत काम जिहड़े आ सारी पुलिस कराउंदी है, SSP शह थले हुंदे आ। SSP ने उह गल्लां नूं लुकाउण लई कि प्रैस अगे ना आउण, पर मैं उह जेल चों आउंदिआं सारी मीडिया दे अगे उह सारी एक विद प्रूफ जिहड़े आ उह कल्ली कल्ली गल जिहड़ी उह जनता की करांगे। SSP जीरा की गड्डी है जिंदे च मैनू गिरफ्तार किया। मैं तुहानू दिखाउणा चाहुंदा जिहड़ी वीडियो भेज रहा कि दारू का जखीरा और नशे नाल हमेशा दारू नाल जिहड़ा टुन रहिंदा
ਘੱਟੋ ਘੱਟ 8-10 ਬੋਤਲਾਂ ਇਹਦੀ ਗੱਡੀ ਦੇ ਵਿੱਚ ਜਿਹੜੀਆਂ ਸੀ ਜਿਹੜੀਆਂ ਮੈਂ ਡਿੱਗੀ 'ਚ ਰੱਖੀਆਂ। ਮੈਂ ਕਿਹਾ ਅੱਜ ਸੰਗਰਾਂਦ ਦਾ ਦਿਨ, ਮੈਂ ਬਾਬੂੜਾ ਸਾਹਿਬ 'ਚ ਗਿਆ ਸੀ ਇੰਡੋ, ਇਸ ਕਰਕੇ ਹਾਲਾਤ ਵੇਖ ਲਓ ਇਹੋ ਆ ਜਿਹੜੇ ਇਹਨਾਂ ਦੇ ਜੰਤਰ ਕਰਨੇ ਜਿਹੜੇ ਚਿੱਟੇ ਮੈਂ ਖੋਲ੍ਹਣੇ ਸੀ, ਤਾਂ ਕਰਕੇ ਮੈਂ ਸਵੇਰੇ 4:30 ਜਦੋਂ ਤਨ ਬਾਬਾ ਬੁੱਢਾ ਸਾਹਿਬ ਦਰਸ਼ਨਾਂ ਲਈ ਮੈਂ ਜਾ ਰਿਹਾ ਸੀ ਤਾਂ ਮੇਰੇ ਨੇ ਘਰ ਰੈਸਟ ਕਰ ਲਿਆ। ਉਹਨੀ ਫਿਕਰ ਨਾ ਕਰੋ, ਸਾਰੇ ਜਾਣੇ ਤਕੜੇ ਰਹੋ, ਮੈਂ ਤੁਹਾਡੇ ਨਾਲ ਹਾਂ, ਤੁਹਾਡਾ ਆਸ਼ੀਰਵਾਦ ਅਤੇ ਪਿਆਰ ਚਾਹੀਦਾ ਭਰਾਵਾਂ ਦਾ, ਕੋਈ ਗੱਲ ਨਹੀਂ ਇਹੋ ਜਿਹੀਆਂ ਜੇਲ੍ਹਾਂ ਤਾਂ ਆਈਆਂ ਅਤੇ ਗਈਆਂ। ਧੰਨਵਾਦ। ਫਿਰੋਜ਼ਪੁਰ ਦੇ ਜ਼ਿਲ੍ਹੇ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਅੱਜ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਸਵੇਰੇ ਕਰੀਬ 4:30 ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਉਹ ਕੁਲਬੀਰ ਜੀਰਾ ਵੱਲੋਂ ਕੁਛ ਪਹਿਲਾਂ ਬੀਡੀ ਜੀਰਾ ਵਿਖੇ ਧਰਨਾ ਦਿੱਤਾ ਗਿਆ ਸੀਗਾ, ਸਰਪੰਚਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਸੀਗਾ ਕਿ BDOP ਦੇ ਵੱਲੋਂ ਗਲਤ ਸਰਟੀਫਿਕੇਟ ਬਣਾ ਕੇ ਜਿਹੜੇ ਹੈ ਉਹ ਧੋਖੇਧੜੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ BDO ਦਫ਼ਤਰ ਦੇ ਅੰਦਰ ਦਿਨ ਰਾਤ ਜਿਹੜਾ ਲਗਾਤਾਰ ਧਰਨਾ ਦਿੱਤਾ ਗਿਆ ਸੀਗਾ। ਅੱਜ ਦੇ ਦਿਨ ਉਹਨਾਂ ਦੇ ਵੱਲੋਂ ਫਿਰੋਜ਼ਪੁਰ 'ਚ ਪਹੁੰਚ ਕੇ 12 ਵਜੇ ਪ੍ਰੈਸ ਕਾਨਫਰੰਸ ਤੋਂ ਬਾਅਦ ਗ੍ਰਿਫਤਾਰੀ ਦੇਣੀ ਸੀ, ਕਿ ਅੱਜ ਫਿਰੋਜ਼ ਪੁਲਿਸ ਦੇ ਵੱਲੋਂ 4:30 ਉਹਨਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਜੀਰਾ ਦੀ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ, ਜਿੱਥੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਉੱਤੇ ਭੇਜ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਲਿਆ ਕੇ ਉਹਨਾਂ ਦਾ ਮੈਡੀਕਲ ਕੀਤਾ ਗਿਆ, ਅਤੇ ਜਿਸ ਤੋਂ ਬਾਅਦ ਉਹਨਾਂ ਨੂੰ ਫਿਰੋਜ਼ਪੁਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਸਾਡੇ ਨਾਲ ਇੱਥੇ ਉਹਨਾਂ ਦੇ ਸਮਰਥਕ ਵੀ ਮੌਜੂਦ ਹੈਗੇ ਨੇ, ਉਹਨਾਂ ਤੋਂ ਵੀ ਜਾਣਕਾਰੀ ਲੈ ਲੈਂਦੇ ਹਾਂ। ਸਰ, ਕਿੱਦਾਂ ਦੇਖਦੇ ਹੋ ਕਿ ਅੱਜ ਕੁਲਬੀਰ ਸਿੰਘ ਜੀਰਾ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਜੀ? ਅਤੇ ਕੁਲਬੀਰ ਸਿੰਘ ਜੀਰਾ ਜਿਹੜੀ ਗ੍ਰਿਫਤਾਰੀ ਹੈ, ਉਹਨਾਂ ਦੇ ਆਪਦੇ ਕੋਲ ਨਿੱਜੀ ਸਵਾਰਥਾਂ ਕਰਕੇ ਨਹੀਂ ਹੋਈ ਹੈ। ਸਰਪੰਚ ਸਾਹਿਬਾਨਾਂ ਦਾ ਸਮਰਥਨ ਕਰ ਰਹੇ ਸੀ, ਉਹਨਾਂ ਦੀਆਂ ਮੰਗਾਂ ਲਈ ਉਹਨਾਂ ਨੇ 3 ਦਿਨ ਲਗਾਤਾਰ BDO ਦਫ਼ਤਰ ਕੇ ਧਰਨਾ ਦਿੱਤਾ। 1.5 ਸਾਲ ਹੋ ਗਿਆ ਹਲਕੇ ਦੇ ਕੰਮ ਬੰਦ ਨੇ, ਸਰਪੰਚਾਂ ਦੇ ਮਾਣ ਸਨਮਾਨ ਜਿਹੜੇ ਭੱਤੇ ਨੇ ਉਹ ਨਹੀਂ ਦਿੱਤੇ ਜਾ ਰਹੇ। ਹਾਈ ਕੋਰਟ ਦੇ ਆਰਡਰਾਂ ਦੇ ਟਿੱਚ ਜਾਂਦੇ ਹੋਏ ਉਹਨਾਂ ਨੇ BDO ਪ੍ਰਸ਼ਾਸਨ ਹੋਵੇ, ਭਾਵੇਂ ਉਹ ਸੈਕਟਰੀ ਹੋਣ, ਭਾਵੇਂ ਕਿ GRS ਤੱਕ ਦਾ ਮਹਿਕਮਾ ਤੁਸੀਂ ਸਮਝ ਲਓ, ਹਾਂ ਵੀ ਪ੍ਰਸ਼ਾਸਨ ਨੇ ਇੱਕ ਤਰਫਾ ਹੀ ਕਰ ਛੱਡਿਆ ਕਿ ਸਰਪੰਚਾਂ ਦੀ ਕੋਈ ਸੁਣਵਾਈ ਨਹੀਂ ਕਰਨੀ। 1-1 ਲੱਖ ਰੁਪਏ ਪਿੱਛੇ 20,000 ਰੁਪਏ ਦੀ ਮੰਗ ਕੀਤੀ ਜਾਂਦੀ ਹੈ ਜੀ, ਕੋਈ ਵੀ ਵਿਕਾਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ। ਅਤੇ ਇਸ ਸਰਕਾਰ ਵੱਲੋਂ ਵਾਰ-ਵਾਰ ਸਰਪੰਚਾਂ ਨੂੰ ਚੋਰ ਦੱਸ ਕੇ ਦੱਸਿਆ ਜਾ ਰਿਹਾ ਜੀ, ਇਸ ਕਰਕੇ ਇਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ 3 ਦਿਨ ਧਰਨਾ ਲਾਇਆ ਸੀ। ਅੱਜ 9 ਵਜੇ ਜਿਹੜਾ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਅਤੇ ਅੱਜ ਉੱਥੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਅਸੀਂ ਆਪ ਖੁਦ ਆਪਣੀ ਗ੍ਰਿਫਤਾਰੀ ਜਿਹੜੀ ਹੈ ਉਹ SSP ਦਫ਼ਤਰ ਦੇ ਬਾਹਰ ਆ ਕੇ ਦੇਵਾਂਗੇ। ਕਿੱਦਾਂ ਦੇਖਦੇ ਹੋ ਕਿ ਇਹ ਗ੍ਰਿਫਤਾਰੀ ਜਿਹੜੀ ਹੋਈ ਹੈ? ਇਹ ਤਾਂ ਜੀ 3-4 ਦਿਨ ਤੋਂ ਲਗਾਤਾਰ ਜੋ ਦੀ FIR ਹੋਈ ਸੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ 17 ਤਰੀਕ ਨੂੰ ਅਸੀਂ ਬਾਬੂਡਾ ਸਾਹਿਬ ਪਹਿਲਾਂ ਦਰਸ਼ਨ ਕਰਾਂਗੇ, ਸੰਗਰਾਂਦ ਦਾ ਦਿਹਾੜਾ, ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਕਾਲ ਦਿੱਤੀ ਹੋਈ ਸੀ। 17 ਤਰੀਕ ਨੂੰ SSP ਦਫ਼ਤਰ ਸਾਹਿਬ ਉੱਥੇ ਧਰਨਾ ਲੱਗਣਾ ਸੀ, ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਣੀ, ਕਿਉਂਕਿ MLA ਨਰੇਸ਼ ਕਟਾਰੀਏ ਦੇ ਜਿਹੜੇ ਕੱਚੇ ਚਿੱਠੇ, ਜਿਹੜੀ ਰਿਸ਼ਵਤਾਂ ਦੀ ਮੰਗ, ਇਕੱਲੀ ਰਿਕਾਰਡਿੰਗ ਉਹਨਾਂ ਦੇ PA ਦੀ ਰਿਕਾਰਡਿੰਗ, ਐਫੀਡੇਵਿਟ ਤੱਕ ਲੋਕਾਂ ਦੇ ਮੌਜੂਦ ਸੀ ਸਾਡੇ ਕੋਲ, ਉਹ ਅਸੀਂ ਨਛੱਤਰ ਕਰਨੇ ਸੀ ਅੱਜ। ਇਸ ਕਰਕੇ SSP ਸਾਹਿਬ ਤਾਂ ਦਬਾਅ 'ਚ ਆ ਗਏ, ਲਾਸਟ ਟਾਈਮ ਤਰਨ ਤਾਰਨ ਤੋਂ ਕਿਸੇ ਰੇਤਾ ਦੀ ਖੱਡ ਫੜੀਚੀ ਹੀ ਗਏ MLA ਦੀ, ਚੁੱਕ ਕੇ ਉਹਨਾਂ ਦੇ ਭਰਵਾਈਏ ਦੀ ਕੋਈ ਖੱਡ ਸੀ ਉਹਦੇ ਸੰਬੰਧ 'ਚ SSP ਤਰਨ ਤਾਰਨ ਦੀ ਬਦਲੀ ਕਰਤੀ। ਇਹ ਤਾਂ SSP ਇਸੇ ਦਬਾਅ 'ਚ ਹੀ ਆ ਗਏ ਜੀ, ਹਾਂ ਵੀ ਜੇ ਇਹਨਾਂ ਦੇ MLA ਸਾਹਿਬ ਦੇ ਉਲਟ ਕੋਈ ਚੀਜ਼ ਆ ਗਈ ਤਾਂ ਮੇਰੀ ਵੀ ਬਦਲੀ ਕਰਨਗੇ। ਪੰਜਾਬ ਸਰਕਾਰ ਦੇ ਜਿਹੜੀ ਹੈਗੀ ਉਹ ਜਿਵੇਂ ਕਹਿ ਦਈਏ ਇੰਨੀ ਬੁਰੇ ਤਰ੍ਹਾਂ ਦੇ ਸਾਬਤ ਹੋ ਰਹੀ ਹੈ ਕਿ ਛੱਡ ਗੱਲਾਂ ਦੇ। ਬਿਲਕੁਲ, ਵੱਡੇ ਜਿਹੜੇ ਹੈ ਰੋਪ ਜਿਹੜੇ ਲਗਾਏ ਜਾ ਰਹੇ ਹੈਗੇ ਨੇ ਮੌਜੂਦਾ ਵਿਧਾਇਕ ਦੇ ਉੱਪਰ ਕਿ ਉਹਨਾਂ ਦੇ ਵੱਲੋਂ ਆਪਣੇ ਜਿਹੜਾ ਹੈ ਸਰਪੰਚਾਂ ਦੇ ਕੰਮ ਨਹੀਂ ਕੀਤੇ ਜਾ ਰਹੇ, ਹਲਕੇ ਦੇ ਵਿੱਚ ਵਿਕਾਸ ਕਾਰਜ ਜਿਹੜੇ ਉਹ ਨਹੀਂ ਕੀਤੇ ਜਾ ਰਹੇ, ਜਿਸ ਨੂੰ ਲੈ ਕੇ ਅੱਜ ਉਹਨਾਂ ਦੇ ਵੱਲੋਂ ਜਿਹੜਾ ਇੱਥੇ ਗ੍ਰਿਫਤਾਰੀ ਦੇਣੀ ਸੀ, ਲੇਕਿਨ ਉਹਨਾਂ ਨੂੰ ਜਿਹੜਾ ਪੁਲਿਸ ਦੇ ਵੱਲੋਂ ਅੱਜ ਸਵੇਰੇ ਹੀ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ। ਇੱਥੇ ਹੀ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਇਹ ਵੀ ਬੋਲਦੇ ਕਿਹਾ ਗਿਆ ਹੈ ਕਿ ਜਿਵੇਂ ਹੀ ਉਹ ਨਿਆਇਕ ਹਿਰਾਸਤ ਤੋਂ ਬਾਹਰ ਆਉਂਦੇ ਹਨ ਅਤੇ ਉਹ ਆਉਂਦਿਆਂ ਨਾਲ ਹੀ ਪੰਜਾਬ ਸਰਕਾਰ ਦੇ ਚਿੱਟੇ ਜਿਹੜੇ ਚਿੱਠੇ ਹੈਗੇ ਨੇ ਉਹ ਸਾਰਿਆਂ ਦੇ ਸਾਹਮਣੇ ਲੈ ਕੇ ਆਉਣਗੇ ਅਤੇ ਇਸ ਪੰਜਾਬ ਸਰਕਾਰ ਨੂੰ ਦਿਖਾਉਣਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿਧਾਇਕਾਂ ਦੇ ਵੱਲੋਂ ਇਹ ਜਿਹੜੇ ਕੰਮ ਕੀਤੇ ਜਾ ਰਹੇ ਹੈਗੇ ਹਨ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਪਾਏਗਾ ਕਿ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਕੀ ਵੱਡੇ ਜਿਹੜੇ ਹੈ ਉਹ ਚਿੱਠੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਖਿਲਾਫ ਖੋਲ੍ਹੇ ਜਾਣਗੇ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਕਸ਼ੇ ਗਲੋਤਰਾ, ਪੰਜਾਬ ਤੱਕ। ਪੰਜਾਬ ਸਰਕਾਰ ਜਿੰਦਾਬਾਦ। ਕੁਲਬੀਰ ਸਿੰਘ ਜੀਰਾ ਜਿੰਦਾਬਾਦ।
ਬੇਕਾਰੀ ਆ ਰਿਹਾ ਪੰਜਾਬ ਸਰਕਾਰ ਕਰ ਲੋ ਗੱਲ ਕਰ ਸਦਰ ਥਾਣਾ ਦੇ ਵਿੱਚ ਲਿਜਾਇਆ ਗਿਆ ਉਹਨਾਂ ਦੇ ਸਾਫ਼ ਤੌਰ ਤੇ ਉਹਨਾਂ ਦੇ ਜਿਹੜੇ ਸਮਰਥਕ ਹੈ ਜਿਨ੍ਹਾਂ ਦੇ ਅਣਪਛਾਤੇ ਪਾਏ ਗਏ ਆ ਉਹਨਾਂ ਦੇ ਵੀ ਗ੍ਰਿਫਤਾਰੀ ਜਿਹੜੀ ਕੀਤੀ ਜਾ ਰਹੀ ਉਹਨਾਂ ਦੇ ਨਾਲ ਹੀ ਜਿਹੜਾ ਮੈਂ ਜੇਲ੍ਹ ਦੇ ਵਿੱਚ ਜਾਣ ਨੂੰ ਤਿਆਰ ਹਾਂ ਪਰ ਹਜੇ ਤੱਕ ਜਿਹੜੇ ਇਕੱਲੇ ਗੁਰਬੀਰ ਸਿੰਘ ਜੀਰਾ ਦੀ ਜਿਹੜੀ ਹੈ ਗ੍ਰਿਫਤਾਰੀ ਉੱਥੇ ਚੁੱਕੀ ਹੈ ਪਰ ਉਹਨਾਂ ਨੂੰ ਪੁਲਿਸ ਸਿਵਲ ਹਸਪਤਾਲ ਦੇ ਵਿੱਚ ਇਕੱਲੇ ਗੁਰਬੀਰ ਸਿੰਘ ਜੀਰਾ ਨੂੰ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਔਰ ਉਸ ਤੋਂ ਬਾਅਦ ਜਿਹੜਾ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਵਿੱਚ ਲਿਜਾਇਆ ਜਾਏਗਾ ਔਰ ਉਸ ਤੋਂ ਪਹਿਲਾਂ ਜਿਹੜਾ ਇਹਨਾਂ ਨੂੰ ਡਿਊਟੀ ਮੈਜਿਸਟ੍ਰੇਟ ਦੇ ਉਹਨਾਂ ਦੇ ਕੋਲ ਪੇਸ਼ ਕੀਤਾ ਗਿਆ ਜਿੱਥੇ ਇਹਨਾਂ ਨੂੰ ਕੁਲਬੀਰ ਸਿੰਘ ਜੀਰਾ ਜੀਰਾ ਤੇਰੀ ਸੋਚ ਤੇ ਪਹਿਰਾ ਦੇਣਗੇ ਠੋਕੇ ਜੀਰਾ ਤੇਰੀ ਸੋਚ ਤੇ ਪਹਿਰਾ ਦੇਣਗੇ ਠੋਕੇ 19 ਤਰੀਕ ਤੱਕ ਨਾਇਕ ਸ਼ਰਤ ਤੇ ਭੇਜਿਆ 31 ਤਾਰੀਖ ਹਾਂਜੀ 31 ਤਾਰੀਖ ਤੱਕ ਕਿਵੇਂ ਅੱਜ ਸਵੇਰੇ ਕਿੱਥੇ ਪੇਸ਼ ਕੀਤਾ ਗਿਆ ਤੇ ਉਹਨਾਂ ਨੂੰ ਅੱਜ ਸਵੇਰੇ ਜੁਡੀਸ਼ੀਅਲ ਕੋਰਟ ਜੀਰਾ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਔਰ ਜੱਜ ਸਾਹਿਬ ਨੇ ਉਹਨਾਂ ਨੂੰ ਜਿਹੜਾ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸਰਦਾਰ ਕੁਲਬੀਰ ਸਿੰਘ ਜੀਰਾ ਨੇ ਕੋਈ ਵੀ ਵਕੀਲ ਖੜਾ ਕਰਕੇ ਆਪਣੀ ਜ਼ਮਾਨਤ ਲਈ ਨਹੀਂ ਅਪਲਾਈ ਕੀਤਾ ਔਰ ਹੁਣ ਜੋ ਕੁਲਬੀਰ ਸਿੰਘ ਜੀਰਾ ਦਾ ਸਾਨੂੰ ਹੁਕਮ ਹੋਏਗਾ ਅਸੀਂ ਉਹ ਠੋਕ ਵਜਾ ਕੇ ਕਰਾਂਗੇ। ਉਸ ਧਰਨੇ ਦੇ ਵਿੱਚ ਇੱਕ ਜਾਅਲੀ ਸਰਟੀਫਿਕੇਟ MLA ਨਰੇਸ਼ ਕਟਾਰੀਆ ਜਿਹੜਾ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਲਾਟਾਂ ਦੇ ਜਾਅਲੀ ਸਰਟੀਫਿਕੇਟ ਵੰਡ ਰਿਹਾ ਸੀ ਉਹ ਜਾਅਲੀ ਸਰਟੀਫਿਕੇਟ ਨੂੰ ਨਸ਼ਰ ਕਰਦੇ ਆ। ਮੈਂ ਇਹ ਮੰਗ ਕੀਤੀ ਸੀ ਕਿ MLA ਨਰੇਸ਼ ਕਟਾਰੀਆ ਤੇ BDO ਜੀਰਾ ਤੇ ਉਹ ਜਿਹੜਾ ਪੰਚ ਅਧਿਕਾਰਤ ਪੰਚ ਆ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ। ਪਰ ਜਦੋਂ ਤੋਂ ਮੈਨਿੰਗ ਦੇ ਵਿੱਚ ਜਿਹੜਾ ਆਪਣਾ ਉਹਦੇ ਜੀਜੇ ਦਾ MLA ਦੇ ਜੀਜੇ ਦਾ ਪਰਚਾ ਆਇਆ ਤੇ ਤਰਨ ਤਾਰਨ ਤੋਂ SSP ਦੀ ਬਦਲੀ ਹੋਈ ਹੈ। ਇਹ SSP ਨੇ ਆਪਦੀ ਕੁਰਸੀ ਬਚਾਉਣ ਲਈ ਜਿਹੜਾ ਔਰ MLA ਨੂੰ ਬਚਾਉਣ ਲਈ ਆਪਦੀ ਕੁਰਸੀ ਨੂੰ ਬਚਾਉਣ ਲਈ ਜਿਹੜਾ ਪਰਚਾ ਦਰਜ ਕੀਤਾ। ਇਸ ਤੋਂ ਬਾਅਦ ਮੈਂ ਹਾਈਕੋਰਟ ਜਾਵਾਂਗਾ ਔਰ MLA ਤੇ ਪਰਚਾ ਦਰਜ ਕਰਾ ਕੇ ਰਵਾਂਗਾ ਕਿ ਜਿਹੜਾ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਬੇਵਕੂਫ ਬਣਾ ਰਿਹਾ। ਇਸ ਕਰਕੇ ਸਰਪੰਚਾਂ ਦੀ ਲੜਾਈ ਹੈ, ਲੋਕਾਂ ਦੀ ਲੜਾਈ ਆ। ਲੋਕਾਂ ਦੀ ਲੜਾਈ ਲਈ 10 ਵਾਰੀ ਵੀ ਜੇਲ੍ਹ ਜਾਣਾ ਪਿਆ ਕੁਲਬੀਰ ਸਿੰਘ ਜੀਰਾ ਜਾ ਨਤਮਸਤਕ ਹੋ ਗਿਆ ਦਿਹਾੜਾ। ਪਰ SSP ਨੂੰ ਜਦੋਂ ਮੈਂ ਕੱਲ ਵਿਖਾਇਆ ਕਿ ਚਿੱਟਾ ਕਿੱਥੇ ਵੇਖਦਾ, ਰੇਤਾ ਕਿੱਥੇ ਵੇਖਦੀ ਹੈ, ਗਲਤ ਕੰਮ ਜੇ ਸਾਰੀ ਪੁਲਿਸ ਕਰਾਉਂਦੇ, SSP ਸ਼ਹਿਰ ਥੱਲੇ ਆ। SSP ਨੇ ਉਹ ਗੱਲਾਂ ਨੂੰ ਲੁਕਾਉਣ ਲਈ ਕਿ ਪ੍ਰੈਸ ਅੱਗੇ ਨਾ ਆਉਣ, ਪਰ ਮੈਂ ਉਹ ਜੇਲ੍ਹ ਚ ਆਉਂਦਿਆਂ ਸਾਰੀ
मीडिया के अगे सारी एक विद प्रूफ जेडे कली कली गल जी जनतक की करन बाबा बुढ़ा साहब चलिया सी इनू कढ़ो इस करके ये हालात तुसी वेख लो अज इहो जिहा जिहड़े इन्हां दे जिहड़े जनतक करने सी जिहड़े चिट्ठे मैं खोलणे सी तां करके मैनू सवेरे 4:30 जदों धन धन बाबा बुढ़ा साहब दे दर्शन वाली मैं जा रहा सी तां मैनू इन्हां ने घरों रैसट कर लिया। कोई नहीं फिक्र ना करो, सारे जने तकड़े रहो, मैं तुहाडे नाल हाँ। ਤੁਹਾਡਾ ਆਸ਼ੀਰਵਾਦ ਤੇ ਪਿਆਰ ਚਾਹੀਦਾ ਭਰਾਵਾਂ ਦਾ, ਕੋਈ ਗੱਲ ਨਹੀਂ, ਇਹੋ ਜਿਹੀਆਂ ਜੇਲ੍ਹਾਂ ਤਾਂ ਆਈਆਂ ਤੇ ਗਈਆਂ। ਧੰਨਵਾਦ। ਫਿਰੋਜ਼ਪੁਰ ਦੇ ਜੀਰਾ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਅੱਜ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਸਵੇਰੇ ਕਰੀਬ 4:30 ਜਿਹੜਾ ਹੈ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਕੁਲਬੀਰ ਸਿੰਘ ਜੀਰਾ ਦੇ ਵੱਲੋਂ ਕੁਛ ਦਿਨ ਪਹਿਲਾਂ BDPO ਜੀਰਾ ਦੇ ਵਿਖੇ ਧਰਨਾ ਦਿੱਤਾ ਗਿਆ ਸੀਗਾ, ਸਰਪੰਚਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਸੀਗਾ ਕਿ BDOP ਦੇ ਵੱਲੋਂ ਗਲਤ ਸਰਟੀਫਿਕੇਟ ਬਣਾ ਕੇ ਜਿਹੜੇ ਹੈ ਉਹ ਧੋਖੇਧੜੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ BDO ਦਫ਼ਤਰ ਦੇ ਅੰਦਰ ਦਿਨ ਰਾਤ ਜਿਹੜਾ ਲਗਾਤਾਰ ਧਰਨਾ ਦਿੱਤਾ ਗਿਆ ਸੀਗਾ। ਅਤੇ ਅੱਜ ਦੇ ਦਿਨ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਪਹੁੰਚ ਕੇ 12:00 ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਗ੍ਰਿਫਤਾਰੀ ਦੇਣੀ ਸੀ, ਲੇਕਿਨ ਅੱਜ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਕਰੀਬ ਸਵੇਰੇ 4:30 ਉਹਨਾਂ ਨੂੰ ਇੱਥੋਂ ਗ੍ਰਿਫਤਾਰ ਕਰ ਲਿੱਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਜੀਰਾ ਦੀ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ, ਜਿੱਥੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਉੱਤੇ ਭੇਜ ਦਿੱਤਾ ਗਿਆ। ਅਤੇ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਲਿਆ ਕੇ ਉਹਨਾਂ ਦਾ ਮੈਡੀਕਲ ਕੀਤਾ ਗਿਆ, ਅਤੇ ਜਿਸ ਤੋਂ ਬਾਅਦ ਉਹਨਾਂ ਨੂੰ ਫਿਰੋਜ਼ਪੁਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਸਾਡੇ ਨਾਲ ਇੱਥੇ ਉਹਨਾਂ ਦੇ ਸਮਰਥਕ ਵੀ ਮੌਜੂਦ ਹੈਗੇ ਨੇ, ਉਹਨਾਂ ਤੋਂ ਵੀ ਜਾਣਕਾਰੀ ਲੈ ਲੈਂਦੇ ਹਾਂ। ਸਰ, ਕਿੱਦਾਂ ਦੇਖਦੇ ਹੋ ਕਿ ਅੱਜ ਕੁਲਬੀਰ ਸਿੰਘ ਜੀਰਾ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਜੀ? ਅਤੇ ਕੁਲਬੀਰ ਸਿੰਘ ਜੀਰਾ ਜਿਹੜੀ ਗ੍ਰਿਫਤਾਰੀ ਹੈ, ਉਹਨਾਂ ਦੇ ਆਪਦੇ ਕੋਈ ਨਿੱਜੀ ਸਵਾਰਥਾਂ ਕਰਕੇ ਨਹੀਂ ਹੋਈ ਹੈ। ਸਰਪੰਚ ਸਾਹਿਬਾਨਾਂ ਦਾ ਸਮਰਥਨ ਕਰ ਰਹੇ ਸੀ, ਉਹਨਾਂ ਦੀਆਂ ਮੰਗਾਂ ਲਈ ਉਹਨਾਂ ਨੇ 3 ਦਿਨ ਲਗਾਤਾਰ BDO ਦਫ਼ਤਰ ਅੱਗੇ ਧਰਨਾ ਦਿੱਤਾ। 1.5 ਸਾਲ ਹੋ ਗਿਆ ਹਲਕੇ ਦੇ ਕੰਮ ਬੰਦ ਨੇ, ਸਰਪੰਚਾਂ ਦੇ ਮਾਣ ਸਨਮਾਨ ਜਿਹੜੇ ਭੱਤੇ ਨੇ ਉਹ ਨਹੀਂ ਦਿੱਤੇ ਜਾ ਰਹੇ। ਹਾਈ ਕੋਰਟ ਦੇ ਆਰਡਰਾਂ ਦੇ ਟਿੱਚ ਜਾਂਦੇ ਹੋਏ ਉਹਨਾਂ ਨੇ
ਵੀਡੀਓ ਪ੍ਰਸ਼ਾਸਨ ਹੋਵੇ ਭਾਵੇਂ ਉਹ ਸੈਕਟਰੀ ਹੋਣ ਭਾਵੇਂ ਕਿ GRS ਤੱਕ ਦਾ ਮਹਿਕਮਾ ਤੁਸੀਂ ਸਮਝ ਲਓ, ਹਾਂ ਵੀ ਪ੍ਰਸ਼ਾਸਨ ਨੇ ਇੱਕ ਤਰਫਾ ਹੀ ਕਰ ਛੱਡਿਆ ਕਿ ਸਰਪੰਚਾਂ ਦੀ ਕੋਈ ਸੁਣਵਾਈ ਨਹੀਂ ਕਰਨੀ। 1,00,000 ਰੁਪਏ ਪਿੱਛੇ 20,000 ਦੀ ਮੰਗ ਕੀਤੀ ਜਾਂਦੀ ਕੋਈ ਵੀ ਵਿਕਾਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ, ਅਤੇ ਇਸ ਸਰਕਾਰ ਵੱਲੋਂ ਵਾਰ ਵਾਰ ਸਰਪੰਚਾਂ ਨੂੰ ਚੋਰ ਦੱਸ ਕੇ ਦੱਸਿਆ ਰਿਹਾ ਜੀ। ਇਸ ਕਰਕੇ ਇਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ 3 ਦਿਨ ਧਰਨਾ ਲਾਇਆ ਸੀ। ਅੱਜ ਕਿੰਨੇ ਵਜੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਅਤੇ ਅੱਜ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਸੀਗਾ ਕਿ ਅਸੀਂ ਆਪ ਖੁਦ ਆਪਣੀ ਗ੍ਰਿਫਤਾਰੀ ਜਿਹੜੀ ਹੈ ਉਹ SSP ਦਫ਼ਤਰ ਬਾਹਰ ਆ ਕੇ ਕਰਾਵਾਂਗੇ। ਦੇਖਦੇ ਹੋ ਕਿ ਇਹ ਗ੍ਰਿਫਤ ਜਿਹੜੀ ਹੋਈ ਹੈ ਇਹ ਤਾਂ ਜੀ 3-4 ਦਿਨ ਤੋਂ ਲਗਾਤਾਰ ਉਹਦੀ FIR ਹੋਈ, ਉਹਦੇ ਵਿੱਚ ਉਹਨਾਂ ਨੇ ਦੱਸਿਆ ਬੁੱਢਾ ਸਾਹਿਬ ਦੱਸ ਰਹੇ ਸੰਦਾ ਦਿਹਾੜਾ, ਇਸ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਦਿੱਤੀ ਹੋਈ ਸੀ। 17 SSP ਦਫ਼ਤਰ ਉਹ ਧਰਨਾ ਲੱਗਣਾ ਸੀ, ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਨਹੀਂ, ਕਿਉਂਕਿ MLA ਨਰੇਸ਼ ਕਟਾਰੀਏ ਦੇ ਕੱਚੇ ਚਿੱਠੇ ਰਿਸ਼ਵਤ ਦੀ ਮੰਗ ਕਰੀ, ਰਿਕਾਰਡਿੰਗ ਉਹਨਾਂ ਦੇ PA ਰਿਕਾਰਡਿੰਗ ਐਫੀਡੇਵਿਟ ਤੱਕ ਲੋਕਾਂ ਦੇ ਮੌਜੂਦ ਸੀ ਸਾਡੇ ਕੋਲ, ਉਹ ਅਸੀਂ ਨਛੱਤਰ ਕਰਨੇ ਸੀ ਅੱਜ। ਇਸ ਕਰਕੇ SSP ਸਾਹਿਬ ਤਾਂ ਦਬਾਅ 'ਚ ਆ ਗਏ, ਲਾਸਟ ਟਾਈਮ ਤਰਨ ਤਾਰਨ ਤੋਂ ਕਿਸੇ ਰੇਤਾ ਦੀ ਖੱਡ ਫੜੀਚੀ ਹੀ ਗਏ MLA ਦੀ, ਚੁੱਕ ਉਹਨਾਂ ਦੇ ਭਰਵਾਈਏ ਦੀ ਕੋਈ ਖੱਡ ਸੀ ਉਸ ਸੰਬੰਧ 'ਚ SSP ਤਰਨ ਤਾਰਨ ਦੀ ਬਦਲੀ ਕਰਤੀ। ਇਹ ਤਾਂ SSP ਇਸੇ ਦਬਾਅ 'ਚ ਹੀ ਆ ਗਏ ਜੀ, ਹਾਂ ਵੀ ਜੇ ਇਹਨਾਂ ਦੇ MLA ਸਾਹਿਬ ਦੇ ਉਲਟ ਕੋਈ ਚੀਜ਼ ਆ ਗਈ ਤਾਂ ਮੇਰੀ ਵੀ ਬਦਲੀ ਕਰਨਗੇ ਪੰਜਾਬ ਸਰਕਾਰ ਦੇ ਜਿਹੜੀ ਹੈਗੀ ਉਹ, ਜਿਵੇਂ ਕਹਿ ਰਹੀ ਆ ਇੰਨੀ ਬੁਰੇ ਤਰ੍ਹਾਂ ਦੇ ਸਾਬਤ ਹੋ ਰਹੀ ਹੈ ਕਿ ਛੱਡ ਗੱਲਾਂ ਦੇ। ਬਿਲਕੁਲ, ਵੱਡੇ ਜਿਹੜੇ ਆ ਰੋਪ ਜਿਹੜੇ ਲਗਾਏ ਜਾ ਰਹੇ ਹੈਗੇ ਨੇ ਮੌਜੂਦਾ ਵਿਧਾਇਕ ਦੇ ਉੱਪਰ ਕਿ ਉਹਨਾਂ ਦੇ ਵੱਲੋਂ ਆਪਣੇ ਜਿਹੜਾ ਹੈ ਸਰਪੰਚਾਂ ਦੇ ਕੰਮ ਨਹੀਂ ਕੀਤੇ ਜਾ ਰਹੇ, ਹਲਕੇ ਦੇ ਵਿੱਚ ਵਿਕਾਸ ਕਾਰਜ ਜਿਹੜੇ ਆ ਉਹ ਨਹੀਂ ਕੀਤੇ ਜਾ ਰਹੇ, ਜਿਸ ਨੂੰ ਲੈ ਕੇ ਅੱਜ ਉਹਨਾਂ ਦੇ ਵੱਲੋਂ ਜਿਹੜਾ ਇੱਥੇ ਗ੍ਰਿਫਤਾਰੀ ਦੇਣੀ ਸੀ, ਲੇਕਿਨ ਉਹਨਾਂ ਨੂੰ ਜਿਹੜਾ ਪੁਲਿਸ ਦੇ ਵੱਲੋਂ ਅੱਜ ਸਵੇਰੇ ਹੀ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਉੱਥੇ ਹੀ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਇਹ ਵੀ ਬੋਲਦੇ ਕਿਹਾ ਗਿਆ ਹੈ ਕਿ ਜਿਵੇਂ ਹੀ ਉਹ ਨਿਆਇਕ ਹਿਰਾਸਤ ਤੋਂ ਬਾਹਰ ਆਉਂਦੇ ਹਨ ਅਤੇ ਉਹ ਆਉਂਦਿਆਂ ਨਾਲ ਹੀ ਪੰਜਾਬ ਸਰਕਾਰ ਦੇ ਜਿਹੜੇ ਚਿੱਠੇ ਹੈਗੇ ਨੇ ਉਹ ਸਾਰਿਆਂ ਦੇ ਸਾਹਮਣੇ ਲੈ ਕੇ ਆਉਣਗੇ ਅਤੇ ਇਸ ਪੰਜਾਬ ਸਰਕਾਰ ਨੂੰ ਦਿਖਾਉਣਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿਧਾਇਕਾਂ ਦੇ ਵੱਲੋਂ ਇਹ ਜਿਹੜੇ ਕੰਮ ਕੀਤੇ ਜਾ ਰਹੇ ਹੈਗੇ ਹਨ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਪਾਏਗਾ ਕਿ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਕੀ ਵੱਡੇ ਜਿਹੜੇ ਹੈ ਉਹ ਚਿੱਠੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਖਿਲਾਫ ਕਰਾਉਣਗੇ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਕਸ਼ੇ ਗਲੋਤਰਾ, ਪੰਜਾਬ ਤੱਕ। ਕਰ ਲਓ ਗੱਲ ਗੱਲ ਮੈਡੀਕਲ ਕਰਵਾਇਆ ਜਾ ਰਿਹਾ, ਉਸ ਤੋਂ ਬਾਅਦ ਜਿਹੜਾ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਵਿੱਚ ਲਿਜਾਇਆ ਜਾਏਗਾ। ਉਸ ਤੋਂ ਪਹਿਲਾਂ ਜਿਹੜਾ ਇਹਨਾਂ ਨੂੰ ਡਿਊਟੀ ਮੈਜਿਸਟ੍ਰੇਟ ਦੇ ਉਹਨਾਂ ਦੇ ਕੋਲ ਪੇਸ਼ ਕੀਤਾ ਗਿਆ, ਜਿੱਥੇ ਇਹਨਾਂ ਨੂੰ ਕੁਲਬੀਰ ਸਿੰਘ ਜੀਰਾ ਜੀਰਾ ਤੇਰੀ ਸੋਚ ਤੇ ਪਹਿਰਾ ਦੇਣਗੇ ਠੋਕੇ, ਜੀਰਾ ਤੇਰੀ ਸੋਚ ਤੇ ਕਿੰਨੀ ਤਰੀਕ ਤੱਕ ਠੋਕੇ। 19 ਤਰੀਕ ਤੱਕ ਨਾਇਕ ਸਿੰਘ ਰਸਤੇ ਭੇਜਿਆ, 31 ਤਾਰੀਖ ਹਾਂਜੀ 31 ਤਾਰੀਖ ਤੱਕ ਕਿਵੇਂ ਅੱਜ ਸਵੇਰੇ ਕਿੱਥੇ ਪੇਸ਼ ਕੀਤਾ ਗਿਆ ਤੇ ਉਹਨਾਂ ਨੂੰ ਅੱਜ ਸਵੇਰੇ ਜੁਡੀਸ਼ੀਅਲ ਕੋਰਟ ਜੀਰਾ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਔਰ ਜੱਜ ਸਾਹਿਬ ਨੇ ਉਹਨਾਂ ਨੂੰ ਜਿਹੜਾ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸਰਦਾਰ ਕੁਲਬੀਰ ਸਿੰਘ ਜੀਰਾ ਨੇ ਕੋਈ ਵੀ ਵਕੀਲ ਖੜਾ ਕਰਕੇ ਆਪਣੀ ਜ਼ਮਾਨਤ ਲਈ ਨਹੀਂ ਅਪਲਾਈ ਕੀਤਾ ਔਰ ਹੁਣ ਜੋ ਕੁਲਬੀਰ ਸਿੰਘ ਜੀਰਾ ਦਾ ਸਾਨੂੰ ਹੁਕਮ ਹੋਏਗਾ ਅਸੀਂ ਉਹ ਠੋਕ ਵਜਾ ਕੇ ਕਰਾਂਗੇ। ਪਰ ਉਹਨਾਂ
ਸਰਟੀਫਿਕੇਟ ਨਸ਼ਰ ਕਰਦਿਆਂ ਮੈਂ ਇਹ ਮੰਗ ਕੀਤੀ ਸੀ ਕਿ ਐਮਐਲਏ ਨਰੇਸ਼ ਕਟਾਰੀਆ ਤੇ ਵੀਡੀਓ ਜੀਰਾ ਤੇ ਉਹ ਜਿਹੜਾ ਪੰਚ ਅਧਿਕਾਰਤ ਪੰਚ ਆ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ। ਪਰ ਜਦੋਂ ਤੋਂ ਮੈਨਿੰਗ ਦੇ ਵਿੱਚ ਜਿਹੜਾ ਆਪਣਾ ਉਹਦੇ ਜੀਜੇ ਦਾ ਐਮਐਲਏ ਦੇ ਜੀਜੇ ਦਾ ਪਰਚਾ ਆਇਆ ਤੇ ਤਰਨ ਤਾਰਨ ਤੋਂ ਐਸਐਸਪੀ ਦੀ ਬਦਲੀ ਹੋਈ ਹੈ। ਇਹ ਐਸਐਸਪੀ ਨੇ ਆਪਦੀ ਕੁਰਸੀ ਬਚਾਉਣ ਲਈ ਜਿਹੜਾ ਔਰ ਐਮਐਲਏ ਨੂੰ ਬਚਾਉਣ ਲਈ ਆਪਦੀ ਕੁਰਸੀ ਨੂੰ ਬਚਾਉਣ ਲਈ ਜਿਹੜਾ ਪਰਚਾ ਦਰਜ ਕੀਤਾ। ਇਸ ਤੋਂ ਬਾਅਦ ਮੈਂ ਹਾਈਕੋਰਟ ਜਾਵਾਂਗਾ ਔਰ ਐਮਐਲਏ ਤੇ ਪਰਚਾ ਦਰਜ ਕਰਾ ਕੇ ਰਵਾਂਗਾ ਕਿ ਜਿਹੜਾ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਬੇਵਕੂਫ ਬਣਾ ਰਿਹਾ। ਇਸ ਕਰਕੇ ਸਰਪੰਚਾਂ ਦੀ ਲੜਾਈ ਆ, ਲੋਕਾਂ ਦੀ ਲੜਾਈ ਆ। ਲੋਕਾਂ ਦੀ ਲੜਾਈ ਲਈ 10 ਵਾਰੀ ਵੀ ਜੇਲ੍ਹ ਜਾਣਾ ਪਿਆ ਤੇ ਕੁਲਬੀਰ ਸਿੰਘ ਜੀਰਾ ਜਾ ਮੈਂ ਅੱਜ ਪੁਲਿਸ ਨੇ ਡਰਦਿਆਂ ਮੈਨੂੰ ਤਾਂ ਚੁੱਕਿਆ। ਮੈਂ ਪਹਿਲਾਂ ਇਹ ਗੱਲ ਕਹੀ ਸੀ ਕਿ ਮੈਂ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਨਤਮਸਤਕ ਹੋ ਗਿਆ, ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ। ਪਰ ਐਸਐਸਪੀ ਨੂੰ ਜਦੋਂ ਮੈਂ ਕੱਲ ਵਿਖਾਇਆ ਕਿ ਚਿੱਟਾ ਕਿੱਥੇ ਕਿੱਥੇ ਵਿਖਦਾ, ਰੇਤਾ ਕਿੱਥੇ ਵਿਖਦੀ ਹੈ, ਗਲਤ ਕੰਮ ਜਿਹੜੇ ਆ ਉਹ ਸਾਰੀ ਪੁਲਿਸ ਕਰਾਉਂਦੀ ਹੈ, ਐਸਐਸਪੀ ਸ਼ਹਿ ਥੱਲੇ ਹੁੰਦੇ ਆ। ਐਸਐਸਪੀ ਨੇ ਉਹ ਗੱਲਾਂ ਨੂੰ ਲੁਕਾਉਣ ਲਈ ਕਿ ਪ੍ਰੈਸ ਅੱਗੇ ਨਾ ਆਉਣ, ਪਰ ਮੈਂ ਉਹ ਜੇਲ੍ਹ 'ਚ ਆਉਂਦਿਆਂ ਸਾਰੀ ਮੀਡੀਆ ਦੇ ਅੱਗੇ ਉਹ ਸਾਰੀ ਇੱਕ ਵਿਧ ਪ੍ਰੂਫ ਜਿਹੜੇ ਆ ਉਹ ਕੱਲੀ ਕੱਲੀ ਗੱਲ ਜਿਹੜੀ ਉਹ ਜਨਤਕ ਕਰਾਂਗੇ। ਜਿੰਦਾਬਾਦ ਪੰਜਾਬ ਸਰਕਾਰ, ਜਿੰਦਾਬਾਦ ਤਕੇ ਸ਼ਹੀਦ।
ਸਤਿ ਸ਼੍ਰੀ ਅਕਾਲ ਦੋਸਤੋ, ਇਹ ਡੀ ਐਸ ਪੀ ਜੀਰਾ ਦੀ ਗੱਡੀ ਹੈ ਜਿਹਦੇ 'ਚ ਮੈਨੂੰ ਗ੍ਰਿਫਤਾਰ ਕੀਤਾ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਹੜੀ ਵੀਡੀਓ ਭੇਜ ਰਿਹਾ ਕਿ ਦਾਰੂ ਦਾ ਜ਼ਖੀਰਾ ਔਰ ਨਸ਼ੇ ਨਾਲ ਹਮੇਸ਼ਾ ਦਾਰੂ ਨਾਲ ਜਿਹੜਾ ਟੁੰਨ ਰਹਿੰਦਾ। ਘੱਟੋ ਘੱਟ 8-10 ਬੋਤਲਾਂ ਇਹਦੀ ਗੱਡੀ ਦੇ ਵਿੱਚੋਂ ਜਿਹੜੀਆਂ ਸੀ, ਜਿਹੜੀਆਂ ਮੈਂ ਡਿੱਗੀ 'ਚ ਰਖਾਈਆਂ। ਮੈਂ ਕਿਹਾ ਅੱਜ ਸੰਗਰਾਂਦ ਦਾ ਦਿਹਾੜਾ, ਮੈਂ ਬਾਬਾ ਬੁੱਢਾ ਸਾਹਿਬ ਚੱਲਿਆ ਸੀ, ਇਹਨੂੰ ਕੱਢੋ। ਇਸ ਕਰਕੇ ਇਹ ਹਾਲਾਤ ਤੁਸੀਂ ਵੇਖ ਲਓ। ਅੱਜ ਇਹੋ ਜਿਹੀਆਂ ਜਿਹੜੇ ਇਹਨਾਂ ਦੇ ਜਿਹੜੇ ਜਨਤਕ ਕਰਨੇ ਸੀ, ਜਿਹੜੇ ਚਿੱਠੇ ਮੈਂ ਖੋਲ੍ਹਣੇ ਸੀ, ਤਾਂ ਕਰਕੇ ਮੈਨੂੰ ਸਵੇਰੇ 4:30 ਜਦੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਵਾਲੀ ਮੈਂ ਜਾ ਰਿਹਾ ਸੀ, ਤਾਂ ਮੈਨੂੰ ਇਹਨਾਂ ਨੇ ਘਰੋਂ ਅਰੈਸਟ ਕਰ ਲਿਆ। ਕੋਈ ਨਹੀਂ, ਫਿਕਰ ਨਾ ਕਰੋ, ਸਾਰੇ ਜਾਣੇ ਤਕੜੇ ਰਹੋ, ਮੈਂ ਤੁਹਾਡੇ ਨਾਲ ਹਾਂ। ਤੁਹਾਡਾ ਆਸ਼ੀਰਵਾਦ ਅਤੇ ਪਿਆਰ ਚਾਹੀਦਾ ਭਰਾਵਾਂ ਦਾ, ਕੋਈ ਗੱਲ ਨਹੀਂ। ਇਹੋ ਜਿਹੀਆਂ ਜੇਲ੍ਹਾਂ ਤਾਂ ਆਈਆਂ ਅਤੇ ਗਈਆਂ। ਧੰਨਵਾਦ। ਫਿਰੋਜ਼ਪੁਰ ਦੇ ਜ਼ੀਰਾ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਅੱਜ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਸਵੇਰੇ ਕਰੀਬ 4:30 ਜਿਹੜਾ ਹੈ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਕੁਲਬੀਰ ਸਿੰਘ ਜ਼ੀਰਾ ਦੇ ਵੱਲੋਂ ਕੁਛ ਦਿਨ ਪਹਿਲਾਂ BDPO ਜ਼ੀਰਾ ਵਿਖੇ ਧਰਨਾ ਦਿੱਤਾ ਗਿਆ ਸੀਗਾ, ਸਰਪੰਚਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਸੀਗਾ ਕਿ BDOP ਦੇ ਵੱਲੋਂ ਗਲਤ ਸਰਟੀਫਿਕੇਟ ਬਣਾ ਕੇ ਜਿਹੜੇ ਹੈ ਉਹ ਧੋਖੇਧੜੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ BDO ਦਫ਼ਤਰ ਦੇ ਅੰਦਰ ਦਿਨ ਰਾਤ ਜਿਹੜਾ ਲਗਾਤਾਰ ਧਰਨਾ ਦਿੱਤਾ ਗਿਆ ਸੀਗਾ। ਅਤੇ ਅੱਜ ਦੇ ਦਿਨ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਪਹੁੰਚ ਕੇ 12:00 ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਗ੍ਰਿਫਤਾਰੀ ਦੇਣੀ ਸੀ, ਲੇਕਿਨ ਅੱਜ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਕਰੀਬ ਸਵੇਰੇ 4:30 ਉਹਨਾਂ ਨੂੰ ਇੱਥੋਂ ਗ੍ਰਿਫਤਾਰ ਕਰ ਲਿੱਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਜ਼ੀਰਾ ਦੀ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ, ਜਿੱਥੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਉੱਤੇ ਭੇਜ ਦਿੱਤਾ ਗਿਆ। ਅਤੇ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਲਿਆ ਕੇ ਉਹਨਾਂ ਦਾ ਮੈਡੀਕਲ ਕੀਤਾ ਗਿਆ, ਅਤੇ ਜਿਸ ਤੋਂ ਬਾਅਦ ਉਹਨਾਂ ਨੂੰ ਫਿਰੋਜ਼ਪੁਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਸਾਡੇ ਨਾਲ ਇੱਥੇ ਉਹਨਾਂ ਦੇ ਸਮਰਥਕ ਵੀ ਮੌਜੂਦ ਹੈਗੇ ਨੇ, ਉਹਨਾਂ ਤੋਂ ਵੀ ਜਾਣਕਾਰੀ ਲੈ ਲੈਂਦੇ ਹਾਂ। ਸਰ, ਕਿੱਦਾਂ ਦੇਖਦੇ ਹੋ ਕਿ ਅੱਜ ਕੁਲਬੀਰ ਸਿੰਘ ਜ਼ੀਰਾ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਜੀ? ਅਤੇ ਕੁਲਬੀਰ ਸਿੰਘ ਜ਼ੀਰਾ ਜਿਹੜੀ ਗ੍ਰਿਫਤਾਰੀ ਹੈ, ਉਹਨਾਂ ਦੇ ਆਪਦੇ ਕੋਈ ਨਿੱਜੀ ਸਵਾਰਥਾਂ ਕਰਕੇ ਨਹੀਂ ਹੋਈ ਹੈ। ਸਰਪੰਚ ਸਾਹਿਬਾਨਾਂ ਦਾ ਸਮਰਥਨ ਕਰ ਰਹੇ ਸੀ, ਉਹਨਾਂ ਦੀਆਂ ਮੰਗਾਂ ਲਈ ਉਹਨਾਂ ਨੇ 3 ਦਿਨ ਲਗਾਤਾਰ BDO ਦਫ਼ਤਰ ਵਿਖੇ ਧਰਨਾ ਦਿੱਤਾ। 1.5 ਸਾਲ ਹੋ ਗਿਆ ਹਲਕੇ ਦੇ ਕੰਮ ਬੰਦ ਨੇ, ਸਰਪੰਚਾਂ ਦੇ ਮਾਣ ਸਨਮਾਨ ਜਿਹੜੇ ਭੱਤੇ ਨੇ ਉਹ ਨਹੀਂ ਦਿੱਤੇ ਜਾ ਰਹੇ। ਹਾਈ ਕੋਰਟ ਦੇ ਆਰਡਰਾਂ ਦੇ ਟਿੱਚ ਜਾਂਦੇ ਹੋਏ ਉਹਨਾਂ ਨੇ BDO ਪ੍ਰਸ਼ਾਸਨ ਹੋਵੇ, ਭਾਵੇਂ ਉਹ ਸੈਕਟਰੀ ਹੋਣ, ਭਾਵੇਂ ਕਿ GRS ਤੱਕ ਦਾ ਮਹਿਕਮਾ ਤੁਸੀਂ ਸਮਝ ਲਓ, ਹਾਂ ਵੀ ਪ੍ਰਸ਼ਾਸਨ ਨੇ ਇੱਕ ਤਰਫਾ ਹੀ ਕਰ ਛੱਡਿਆ ਕਿ ਸਰਪੰਚਾਂ ਦੀ ਕੋਈ ਸੁਣਵਾਈ ਨਹੀਂ ਕਰਨੀ। 1-1 ਲੱਖ ਰੁਪਏ ਪਿੱਛੇ 20,000 ਰੁਪਏ ਦੀ ਮੰਗ ਕੀਤੀ ਜਾਂਦੀ ਹੈ ਜੀ, ਕੋਈ ਵੀ ਵਿਕਾਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ। ਅਤੇ ਇਸ ਸਰਕਾਰ ਵੱਲੋਂ ਵਾਰ-ਵਾਰ ਸਰਪੰਚਾਂ ਨੂੰ ਚੋਰ ਦੱਸ ਕੇ ਦੱਸਿਆ ਜਾ ਰਿਹਾ ਜੀ। ਇਸ ਕਰਕੇ ਇਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ 3 ਦਿਨ ਧਰਨਾ ਲਾਇਆ ਸੀ। ਅੱਜ 9:00 ਜਿਹੜਾ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਅਤੇ ਅੱਜ ਉੱਥੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਅਸੀਂ ਆਪ ਖੁਦ ਆਪਣੀ ਗ੍ਰਿਫਤਾਰੀ ਜਿਹੜੀ ਹੈ ਉਹ SSP ਦਫ਼ਤਰ ਦੇ ਬਾਹਰ ਆ ਕੇ ਦੇਵਾਂਗੇ। ਕਿੱਦਾਂ ਦੇਖਦੇ ਹੋ ਕਿ ਇਹ ਗ੍ਰਿਫਤਾਰੀ ਜਿਹੜੀ ਹੋਈ ਹੈ? ਇਹ ਤਾਂ ਜੀ 3-4 ਦਿਨ ਤੋਂ ਲਗਾਤਾਰ ਜੋ ਉਹਦੀ FIR ਹੋਈ ਸੀ, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ 17 ਤਰੀਕ ਨੂੰ ਅਸੀਂ ਬਾਬਾ ਬੁੱਢਾ ਸਾਹਿਬ ਪਹਿਲਾਂ ਦਰਸ਼ਨ ਕਰਾਂਗੇ, ਸੰਗਰਾਂਦ ਦਾ ਦਿਹਾੜਾ। ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਕਾਲ ਦਿੱਤੀ ਹੋਈ ਸੀ। 17 ਤਰੀਕ ਨੂੰ SSP ਦਫ਼ਤਰ ਸਾਹਿਬ ਉੱਥੇ ਧਰਨਾ ਲੱਗਣਾ ਸੀ, ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਣੀ, ਕਿਉਂਕਿ MLA ਨਰੇਸ਼ ਕਟਾਰੀਏ ਦੇ ਜਿਹੜੇ ਕੱਚੇ ਚਿੱਠੇ, ਜਿਹੜੀ ਰਿਸ਼ਵਤ ਦੀ ਮੰਗ, ਇਕੱਲੀ ਰਿਕਾਰਡਿੰਗ ਉਹਨਾਂ ਦੇ PA ਦੀ ਰਿਕਾਰਡਿੰਗ, ਐਫੀਡੇਵਿਟ ਤੱਕ ਲੋਕਾਂ ਦੇ ਮੌਜੂਦ ਸੀ ਸਾਡੇ ਕੋਲ, ਉਹ ਅਸੀਂ ਨਛੱਤਰ ਕਰਨੇ ਸੀ ਅੱਜ। ਇਸ ਕਰਕੇ SSP ਸਾਹਿਬ ਤਾਂ ਦਬਾਅ 'ਚ ਆ ਗਏ। ਲਾਸਟ ਟਾਈਮ ਤਰਨ ਤਾਰਨ ਤੋਂ ਕਿਸੇ ਰੇਤਾ ਦੀ ਖੱਡ ਫੜੀਚੀ ਗਏ MLA ਦੀ, ਚੁੱਕ ਕੇ ਉਹਨਾਂ ਦੇ ਭਰਵਾਈਏ ਦੀ ਕੋਈ ਖੱਡ ਸੀ, ਉਹਦੇ ਸੰਬੰਧ 'ਚ SSP ਤਰਨ ਤਾਰਨ ਦੀ ਬਦਲੀ ਕਰਤੀ। ਇਹ ਤਾਂ SSP ਇਸੇ ਦਬਾਅ 'ਚ ਹੀ ਆ ਗਏ ਜੀ, ਹਾਂ ਵੀ ਜੇ ਇਹਨਾਂ ਦੇ MLA ਸਾਹਿਬ ਦੇ ਉਲਟ ਕੋਈ ਚੀਜ਼ ਆ ਗਈ ਤਾਂ ਮੇਰੀ ਵੀ ਬਦਲੀ ਕਰਨਗੇ। ਪੰਜਾਬ ਸਰਕਾਰ ਦੇ ਜਿਹੜੇ ਹੈਗੇ ਉਹ ਜਿਵੇਂ ਕਹਿ ਦਈਏ ਇੰਨੀ ਤਰ੍ਹਾਂ ਇਹ ਸਾਬਤ ਹੋ ਰਹੀ ਹੈ ਕਿ ਛੱਡ ਗੱਲਾਂ ਦੇ ਬਿਲਕੁਲ ਵੱਡੇ ਜਿਹੜੇ ਹੈ ਰੋਪ ਜਿਹੜੇ ਲਗਾਏ ਜਾ ਰਹੇ ਹੈਗੇ ਨੇ ਮੌਜੂਦਾ ਵਿਧਾਇਕ ਦੇ ਉੱਪਰ ਕਿ ਉਹਨਾਂ ਦੇ ਵੱਲੋਂ ਆਪਣੇ ਜਿਹੜਾ ਹੈ ਸਰਪੰਚਾਂ ਦੇ ਕੰਮ ਨਹੀਂ ਕੀਤੇ ਜਾ ਰਹੇ, ਹਲਕੇ ਦੇ ਵਿੱਚ ਵਿਕਾਸ ਕਾਰਜ ਜਿਹੜੇ ਹੈ ਉਹ ਨਹੀਂ ਕੀਤੇ ਜਾ ਰਹੇ, ਜਿਸ ਨੂੰ ਲੈ ਕੇ ਅੱਜ ਉਹਨਾਂ ਦੇ ਵੱਲੋਂ ਜਿਹੜਾ ਇੱਥੇ ਗ੍ਰਿਫਤਾਰੀ ਦੇਣੀ ਸੀ, ਲੇਕਿਨ ਉਹਨਾਂ ਨੂੰ ਜਿਹੜਾ ਪੁਲਿਸ ਦੇ ਵੱਲੋਂ ਅੱਜ ਸਵੇਰੇ ਹੀ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਉੱਥੇ ਹੀ ਕੁਲਬੀਰ ਸਿੰਘ ਜ਼ੀਰਾ ਦੇ ਵੱਲੋਂ ਇਹ ਵੀ ਬੋਲਦੇ ਕਿਹਾ ਗਿਆ ਹੈ ਕਿ ਜਿਵੇਂ ਹੀ ਉਹ ਨਿਆਇਕ ਹਿਰਾਸਤ ਤੋਂ ਬਾਹਰ ਆਉਂਦੇ ਹਨ ਅਤੇ ਉਹ ਆਉਂਦਿਆਂ ਨਾਲ ਹੀ ਪੰਜਾਬ ਸਰਕਾਰ ਦੇ ਚਿੱਟੇ ਜਿਹੜੇ ਚਿੱਠੇ ਹੈਗੇ ਨੇ ਉਹ ਸਾਰਿਆਂ ਦੇ ਸਾਹਮਣੇ ਲੈ ਕੇ ਆਉਣਗੇ ਅਤੇ ਇਸ ਪੰਜਾਬ ਸਰਕਾਰ ਨੂੰ ਦਿਖਾਉਣਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿਧਾਇਕਾਂ ਦੇ ਵੱਲੋਂ ਇਹ ਜਿਹੜੇ ਕੰਮ ਕੀਤੇ ਜਾ ਰਹੇ ਹੈਗੇ ਹਨ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਪਾਏਗਾ ਕਿ ਕੁਲਬੀਰ ਸਿੰਘ ਜ਼ੀਰਾ ਦੇ ਵੱਲੋਂ ਕੀ ਵੱਡੇ ਜਿਹੜੇ ਹੈ ਉਹ ਚਿੱਠੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਖਿਲਾਫ ਖੋਲ੍ਹੇ ਜਾਣਗੇ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਕਸ਼ੇ ਗਲੋਤਰਾ, ਪੰਜਾਬ ਤੱਕ। ਕੁਲਬੀਰ ਸਿੰਘ ਜ਼ੀਰਾ ਜ਼ਿੰਦਾਬਾਦ। ਕੁਲਬੀਰ ਸਿੰਘ ਜ਼ੀਰਾ ਜ਼ਿੰਦਾਬਾਦ।
ਕੁਲਬੀਰ ਸਿੰਘ ਜੀਰਾ ਜੀਰਾ ਤੇਰੀ ਸੋਚ ਤੇ ਜੀਰਾ ਤੇਰੀ ਸੋਚ ਤੇ 19 ਤਰੀਕ ਤੱਕ ਨਾਇਕ ਸ਼ਹਿਰ ਤੋਂ ਭੇਜਿਆ ਹਾਂਜੀ 31 ਤਾਰੀਖ ਤੱਕ ਕਿਵੇਂ ਅੱਜ ਸਵੇਰੇ ਕਿੱਥੇ ਪੇਸ਼ ਕੀਤਾ ਗਿਆ ਤੇ ਉਹਨਾਂ ਨੂੰ ਅੱਜ ਸਵੇਰੇ ਜੁਡੀਸ਼ੀਅਲ ਕੋਰਟ ਜੀਰਾ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਔਰ ਜੱਜ ਸਾਹਿਬ ਨੇ ਉਹਨਾਂ ਨੂੰ ਜਿਹੜਾ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸਰਦਾਰ ਕੁਲਬੀਰ ਸਿੰਘ ਜੀਰਾ ਨੇ ਕੋਈ ਵੀ ਵਕੀਲ ਖੜਾ ਕਰਕੇ ਆਪਣੀ ਜ਼ਮਾਨਤ ਲਈ ਨਹੀਂ ਅਪਲਾਈ ਕੀਤਾ ਔਰ ਹੁਣ ਜੋ ਕੁਲਬੀਰ ਸਿੰਘ ਜੀਰਾ ਦਾ ਸਾਨੂੰ ਹੁਕਮ ਹੋਏਗਾ ਅਸੀਂ ਉਹ ਠੋਕ ਵਜਾ ਕੇ ਕਰਾਂਗੇ। ਸਰਟੀਫਿਕੇਟ ਐਮਐਲਏ ਨਰੇਸ਼ ਕਟਾਰੀਆ ਜਿਹੜਾ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਲਾਟਾਂ ਦੇ ਜਾਅਲੀ ਸਰਟੀਫਿਕੇਟ ਵੰਡ ਰਿਹਾ ਸੀ ਉਹ ਜਾਅਲੀ ਸਰਟੀਫਿਕੇਟ ਨੂੰ ਨਸ਼ਰ ਕਰਦੇ ਆ। ਮੈਂ ਇਹ ਮੰਗ ਕੀਤੀ ਸੀ ਕਿ ਐਮਐਲਏ ਨਰੇਸ਼ ਕਟਾਰੀਆ ਤੇ ਵੀਡੀਓ ਜੀਰਾ ਤੇ ਉਹ ਜਿਹੜਾ ਪੰਚ ਅਧਿਕਾਰਤ ਪੰਚ ਆ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ। ਪਰ ਜਦੋਂ ਤੋਂ ਮੈਨਿੰਗ ਦੇ ਵਿੱਚ ਜਿਹੜਾ ਆਪਣਾ ਉਹਦੇ ਜੀਜੇ ਦਾ ਐਮਐਲਏ ਦੇ ਜੀਜੇ ਦਾ ਪਰਚਾ ਆਇਆ ਤੇ ਤਰਨ ਤਾਰਨ ਤੋਂ ਐਸਐਸਪੀ ਦੀ ਬਦਲੀ ਹੋਈ ਹੈ। ਇਹ ਐਸਐਸਪੀ ਨੇ ਆਪਦੀ ਕੁਰਸੀ ਬਚਾਉਣ ਲਈ ਜਿਹੜਾ ਔਰ ਐਮਐਲਏ ਨੂੰ ਬਚਾਉਣ ਲਈ ਆਪਦੀ ਕੁਰਸੀ ਨੂੰ ਬਚਾਉਣ ਲਈ ਜਿਹੜਾ ਪਰਚਾ ਦਰਜ ਕੀਤਾ। ਇਸ ਤੋਂ ਬਾਅਦ ਮੈਂ ਹਾਈ ਕੋਰਟ ਜਾਵਾਂਗਾ ਔਰ ਐਮਐਲਏ ਤੇ ਪਰਚਾ ਦਰਜ ਕਰਾ ਕੇ ਰਵਾਂਗਾ ਕਿ ਜਿਹੜਾ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਬੇਵਕੂਫ ਬਣਾ ਰਿਹਾ। ਇਸ ਕਰਕੇ ਸਰਪੰਚਾਂ ਦੀ ਲੜਾਈ ਆ, ਲੋਕਾਂ ਦੀ ਲੜਾਈ ਆ। ਲੋਕਾਂ ਦੀ ਲੜਾਈ ਲਈ 10 ਵਾਰੀ ਵੀ ਜੇਲ੍ਹ ਜਾਣਾ ਪਿਆ ਤੇ ਕੁਲਬੀਰ ਸਿੰਘ ਜੀਰਾ ਜਾ ਕੇ
ਮੈਂ ਅੱਜ ਪੁਲਿਸ ਨੇ ਡਰਦਿਆਂ ਮੈਨੂੰ ਤਾਂ ਚੁੱਕਿਆ। ਮੈਂ ਪਹਿਲਾਂ ਇਹ ਗੱਲ ਕਹੀ ਸੀ ਕਿ ਮੈਂ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਨਤਮਸਤਕ ਹੋ ਗਿਆ, ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ। ਪਰ SSP ਨੂੰ ਜਦੋਂ ਮੈਂ ਕੱਲ ਵਿਖਾਇਆ ਕਿ ਚਿੱਟਾ ਕਿੱਥੇ ਕਿੱਥੇ ਵਿਖਦਾ, ਰੇਤਾ ਕਿੱਥੇ ਵਿਖਦੀ ਹੈ, ਗਲਤ ਕੰਮ ਜਿਹੜੇ ਆ ਉਹ ਸਾਰੀ ਪੁਲਿਸ ਕਰਾਉਂਦੀ ਹੈ, SSP ਸ਼ਹਿਰ ਥੱਲੇ ਹੁੰਦੇ ਆ। SSP ਨੇ ਉਹ ਗੱਲਾਂ ਨੂੰ ਲੁਕਾਉਣ ਲਈ ਕਿ ਪ੍ਰੈਸ ਅੱਗੇ ਨਾ ਆਉਣ, ਪਰ ਮੈਂ ਉਹ ਜੇਲ੍ਹ 'ਚ ਆਉਂਦਿਆਂ ਸਾਰੀ ਮੀਡੀਆ ਦੇ ਅੱਗੇ ਉਹ ਸਾਰੀ ਇੱਕ ਵਿਧ ਪ੍ਰੂਫ ਜਿਹੜੇ ਆ ਉਹ ਕੱਲੀ ਕੱਲੀ ਗੱਲ ਜਿਹੜੀ ਉਹ ਜਨਤਕ ਕਰਾਂਗਾ। ਦੋਸਤੋ, ਇਹ DSP ਜੀਰਾ ਦੀ ਗੱਡੀ ਹੈ ਜਿਹਦੇ 'ਚ ਮੈਨੂੰ ਗ੍ਰਿਫਤਾਰ ਕੀਤਾ। ਕੁਲਬੀਰ ਸਿੰਘ ਜੀਰਾ ਸਾਬਕਾ ਵਿਧਾਇਕ, ਉਹਨਾਂ ਨੂੰ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੇ ਵੱਲੋਂ ਪਿਛਲੇ ਦਿਨੀ BDOP ਜੀਰਾ ਦੇ ਵਿਖੇ ਦਫ਼ਤਰ ਦੇ ਵਿੱਚ ਧਰਨਾ ਲਗਾਇਆ ਗਿਆ ਸੀਗਾ, ਜਿਸ ਤੋਂ ਬਾਅਦ ਜੀਰਾ ਦੇ ਵਿੱਚ ਮਾਮਲਾ ਦਰਜ ਹੁੰਦਾ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਅੱਜ ਤੜਕਸਾਰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਅੱਜ ਜ਼ਿਲ੍ਹਾ ਕਾਂਗਰਸ ਭਵਨ ਫਿਰੋਜ਼ਪੁਰ ਵਿਖੇ ਉਹਨਾਂ ਦੇ ਸਮਰਥਕ ਇਕੱਠੇ ਹੁੰਦੇ ਹਨ ਅਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਇਹ ਨਜਾਇਜ਼ ਗ੍ਰਿਫਤਾਰੀ ਕੀਤੀ ਗਈ ਹੈ। ਸਾਡੇ ਨਾਲ ਇੱਥੇ ਸਮਰਥਕ ਮੌਜੂਦ ਹੈਗੇ ਨੇ, ਉਹਨਾਂ ਤੋਂ ਜਾਣਕਾਰੀ ਲੈ ਲੈਣੀ। ਸਰ, ਕਿਸ ਨਾਲ ਦਿਓ ਅੱਜ ਕੁਲਬੀਰ ਸਿੰਘ ਜੀਰਾ ਨੂੰ ਸਵੇਰੇ 4:30 ਵਜੇ ਉਹਨਾਂ ਦੇ ਘਰ ਦੇ ਵਿੱਚੋਂ ਗ੍ਰਿਫਤਾਰ ਕਰ ਲਿੱਤਾ ਗਿਆ ਜੀ? ਬਹੁਤ ਮਾੜੀ ਗੱਲ ਹੈ ਜੀ, ਇਸ ਕੋਸ਼ਿਸ਼ ਕਰਦੇ ਹਾਂ ਕਿਉਂਕਿ ਜਦੋਂ ਉਹਨਾਂ ਨੇ ਪਹਿਲਾਂ ਐਲਾਨ ਕਰਤਾ ਸੀ ਵੀ ਮੈਂ 17 ਤਰੀਕ ਨੂੰ ਸੰਗਰਾਂਦ ਦਿਨ ਬਾਬਾ ਬੁੱਢਾ ਸਾਹਿਬ ਜੀ ਮੱਥਾ ਟੇਕ ਕੇ ਆਉਣਾ, ਕਿਉਂਕਿ 25-30 ਤੋਂ ਉੱਥੇ ਸਵੇਰੇ ਸੰਗਰਾਂਦ ਦੇ ਦਿਨ ਜਾਂਦੇ, ਚਾਹੇ ਇਲੈਕਸ਼ਨ ਦਿਨ ਚਾਹੇ ਉਹ ਕਿੱਧਰ ਵੀ ਦੇਣਗੇ। ਉਹਨਾਂ ਬਾਬਾ ਸਾਹਿਬ ਚੰਡੀਗੜ੍ਹ ਤੋਂ ਵੀ ਮੇਰੇ ਵੀ ਗਏ, ਬਾਬਾ ਬੁੱਢਾ ਸਾਹਿਬ ਨਮਸਤਕ ਹੁੰਦੇ ਰਹੇ ਹੈ ਸੰਗਰਾਂਦ ਦੇ ਦਿਹਾੜੇ 'ਤੇ। ਅੱਜ ਸਵੇਰੇ ਜਿਹੜਾ 4:30 ਵਜੇ ਪੁਲਿਸ ਨੇ ਕੰਮ ਕੀਤਾ ਇਹ ਨਿੰਦਣਯੋਗ ਹੈ, ਕਿਉਂਕਿ ਉਹਨਾਂ ਨੇ ਤਾਂ ਪਹਿਲਾਂ ਕਿਹਾ ਸੀ ਵੀ ਮੈਂ ਗ੍ਰਿਫਤਾਰੀ ਦੇਣੀ ਹੈ 17 ਤਰੀਕ ਨੂੰ, ਅਤੇ ਉਹ ਵੇਟ ਕਰਨੀ ਚਾਹੀਦੀ ਸੀ ਕਿਉਂਕਿ ਇਹ ਸਿਰਫ ਇੱਕ ਡਰਾਮਾ ਬਹੁਤ ਵੱਡਾ। ਸਰਕਾਰ ਦਾ ਧਿਆਨ ਜਿਹੜਾ ਦੂਜੇ ਮੁੱਦਿਆਂ ਤੋਂ ਹਟਾਉਣਾ, ਅੱਜ ਤੁਸੀਂ ਦੇਖੋ ਕਿਸਾਨ ਮੰਡੀਆਂ ਦੇ ਵਿੱਚ ਰੁਲ ਰਿਹਾ, ਕੋਈ ਆ ਕੇ MLA ਜਾਂ ਕੋਈ ਮੰਤਰੀ ਜਾਂ ਕੋਈ ਮੁੱਖ ਮੰਤਰੀ ਨੇ ਜਾਂ ਕੋਈ ਅਫਸਰਾਂ ਨੇ ਕਿਸੇ ਕਿਸਾਨ ਦਾ ਆ ਕੇ ਮੰਡੀਆਂ ਦੇ ਵਿੱਚ ਹਾਲ ਨਹੀਂ ਪੁੱਛਿਆ। ਔਰ ਤੁਹਾਡਾ ਅਨਾਜ ਮੀਂਹ ਵੀ ਪੈ ਰਿਹਾ, ਮੀਂਹ ਦੇ ਥੱਲੇ ਰੁਲ ਰਿਹਾ। ਇਹ ਸਿਰਫ ਇਹਨਾਂ ਮੁੱਦਿਆਂ ਨੂੰ ਪਾਸੇ ਕਰਨ ਦੀ ਬਾਬਤ ਇਹ ਜੀਰਾ ਸਾਹਿਬ ਦੀ ਜਿਹੜੀ ਗ੍ਰਿਫਤਾਰੀ ਕੀਤੀ ਹੈ, ਮੈਂ ਇਸ ਨੂੰ ਘੋਰ ਸ਼ਬਦਾਂ ਵਿੱਚ ਨਿੰਦਿਆ ਕਰਦਾ ਔਰ ਇਹ ਸਰਕਾਰ ਵਾਸਤੇ ਮਾੜਾ ਰਵੱਈਆ।
ਇਹ ਅੱਗੇ ਤੋਂ ਜਿਹੜੀ ਬਦਲੇ ਦੀ ਭਾਵਨਾ ਹੈ ਇਹ ਵੱਧ ਤੋਂ ਵੱਧ ਪੈਦਾ ਹੋਊਗੀ, ਇਹਦੇ ਵਾਸਤੇ ਬਿਲਕੁਲ ਜਿਹੜਾ ਅਸੀਂ ਇਸ ਨੂੰ ਕੰਡੈਮ ਕਰਦੇ ਹਾਂ। ਸਰ, ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਇਸ ਗ੍ਰਿਫਤਾਰੀ ਨੂੰ ਸਵੇਰੇ 4:30 ਵਜੇ ਗ੍ਰਿਫਤਾਰ ਕੀਤਾ ਜਾਣਾ ਕਿ BDOP ਦਫ਼ਤਰ ਜਿਹੜਾ ਘੇਰਿਆ ਗਿਆ ਸੀਗਾ ਜਿਸ ਤੋਂ ਬਾਅਦ FIR ਹੋਈ ਅਤੇ ਅੱਜ ਸਵੇਰੇ 4:30 ਵਜੇ ਚੱਕਣਾ, ਇਸ ਨੂੰ ਕਿੰਨਾ ਤੁਸੀਂ ਦੇਖਦੇ ਹੋ? ਨਿੰਦਣਯੋਗ ਗੱਲ ਆ ਜੀ, BDOP ਦਫ਼ਤਰ ਦੇ ਵਿੱਚ ਵੀ ਕੁਛ ਮੁੱਦੇ ਲੈ ਕੇ ਪੰਚਾਂ ਦੇ ਸਰਪੰਚਾਂ ਦੇ ਕਤਾ ਕਰ ਰਹੇ ਸੀ BDOP, ਉਹਨਾਂ ਦੀ ਸੁਣ ਬਜਾਏ ਉਲਟਾ ਹੀ MLA ਸਾਹਿਬ ਨੂੰ ਕੁਲਬੀਰ ਜੀਰਾ ਨੂੰ ਗੁਰੂ ਘਰ ਜਾਣ ਤੋਂ ਰੋਕਿਆ ਗਿਆ ਔਰ ਉਹਨਾਂ ਦੀ ਗ੍ਰਿਫਤਾਰੀ ਕੀਤੀ। ਅਸੀਂ ਨਿੰਦਾ ਕਰਦੇ ਇਸ ਗੱਲ ਦੀ, ਇਹ ਗੱਲ ਵੀ ਬਹਿਸ ਕਰ ਲੈਂਦੀ ਸਰਕਾਰ ਹਰ ਗੱਲ ਬਹਿਸ ਲੈਂਦੀ ਵੀ ਦੇ ਕਾਰਜ ਅਸਫਲ ਸਰਕਾਰ ਇਹਦੇ ਕਰ ਰਹੇ ਨੇ, ਆਵਾਜ਼ ਆਉਣ ਉਹਨਾਂ ਨੇ ਕਦਮ ਚੁੱਕੇ, ਮੁਆਵਜ਼ੇ ਕਦਮ ਚੁੱਕੇ ਸੀ, ਕੱਚੇ ਇੱਠੇ ਖੋਲ੍ਹਣ ਵਾਸਤੇ ਜੋ ਨੇ ਕੰਮ ਕੀਤੇ ਪਰ ਨਹੀਂ ਧੱਕੇ ਛੇ ਧੱਕਾ ਵੀ ਹੋ ਗਈ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਅੱਜ ਮੈਂ ਕਾਨਫਰੰਸ ਕਰਨ ਤੋਂ ਜਿਹੜੀ ਤਾਰੀ ਜਾਵਾਂਗਾ, ਫਿਰ ਇਹ ਕਿਹਾ ਗਿਆ ਪੁਲਿਸ ਦੇ ਲਾ ਦਿੱਤਾ ਪ੍ਰੈਸ ਦੇ ਵਿੱਚ ਕਰਕੇ 11 ਵਜੇ ਦਾ ਟਾਈਮ 12 ਵਜੇ ਦਾ, ਪਰ ਉਹ ਪਹਿਲਾਂ ਉਹਨਾਂ ਨੇ ਹਾਂਜੀ ਇਸੇ ਤਰੀਕੇ ਦੇ ਨਾਲ ਹੀ ਜੀਰਾ ਸਾਹਿਬ ਦੇ ਵੱਲੋਂ ਜਿਹੜਾ ਇੱਕ ਵੀਡੀਓ ਵੀ ਜਿਹੜੀ ਆ ਬਣਾ ਕੇ ਵਾਇਰਲ ਕੀਤੀ ਗਈ ਹੈ ਕਿ ਉਹ ਜਦੋਂ ਗੱਡੀ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤਾਂ ਉਹ ਇੱਕ ਬੋਤਲ ਵੀ ਦਿਖਾਈ ਦੇ ਰਹੇ ਨੇ, ਉਹ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਿ ਉਹ ਕੀ ਮਾਮਲਾ ਹੈਗਾ? ਬੋਤਲ ਅਸੀਂ ਦੇਖ ਰਹੇ ਜੋ ਲਾਈਵ ਦਿਖਾ ਰਹੇ ਨੇ ਜੀਰਾ ਸਾਹਿਬ, ਉਹ ਗੱਡੀ ਦੇ ਵਿੱਚ ਜਿਹੜੀ ਰੱਖੀ ਗਈ ਆ, ਇਹ ਜਹੇਦਾਰ ਜੀ ਨੇ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਨੇ, ਗੁਰੂ ਘਰ ਦੇ ਨਾਲ ਪ੍ਰੇਮ ਜੁੜੇ ਹੋਏ ਨੇ, ਪਰ ਇਹ ਗਲਤ ਚੀਜ਼ ਆ ਜਿਹੜੀ ਉਹ ਬੋਤਲ ਰੱਖਣੀ ਉਹਨਾਂ ਦੀ, ਇੱਕ ਹਿਸਾਬ ਦਾ ਸਨਮਾਨ ਨੂੰ ਠੇਸ ਪਹੁੰਚੀ ਹੈ ਵੀ ਇਹੋ ਜਿਹੀਆਂ ਚੀਜ਼ਾਂ ਨਾਲ ਫੋਟੋ ਕਲੀਅਰ ਕਰਨੀ ਉਹਨਾਂ ਦੇ ਵਿੱਚ ਗੱਡੀ ਦੇ ਵਿੱਚ ਰੱਖਣੀ, ਜਾਂ ਉਹ ਮੁਲਾਜ਼ਮ ਮੌਕੇ 'ਤੇ ਦੇਖਣ ਵੀ ਕਿਉਂ ਰੱਖੀ ਗਈ ਹੈ ਬੋਤਲ। ਸਰ, ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਪਹਿਲਾਂ ਜੀਰਾ ਤੋਂ ਫਿਰੋਜ਼ਪੁਰ ਲੈ ਕੇ ਆਇਆ ਜਾਂਦਾ, ਫਿਰ ਉਹਨਾਂ ਨੂੰ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਤੋਂ ਰੋਪੜ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਂਦਾ? ਇਹ ਦੇਖੋ ਜੀ, ਸਰਾਸਰ ਧੱਕਾ ਜਿਹੜਾ ਉਹਨਾਂ ਦੀ ਕਾਂਸੀਜਨ ਦਾ ਫਿਰੋਜ਼ਪੁਰ ਰੱਖਣਾ ਬਣਦਾ ਸੀਗਾ, ਉਹਨਾਂ ਨੂੰ ਇਸ ਵੀ ਵਰਕਰ ਮਗਰ ਸਾਡੇ ਆਉਣਗੇ, ਉਹ ਇਸੇ ਕਰਕੇ ਵਰਕਰਾਂ ਦੇ ਰੋਹ ਤੋਂ ਡਰਦਿਆਂ ਹੋਇਆ ਉਹਨਾਂ ਨੂੰ ਰੋਪੜ ਲੈ ਕੇ ਚਲੇ ਗਏ ਸੀ। ਤਾਂ ਇਸ ਗ੍ਰਿਫਤਾਰੀ ਨੂੰ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਉਹਨਾਂ ਦੇ ਵੱਲੋਂ BDOP ਦਫ਼ਤਰ ਘੇਰਿਆ ਗਿਆ, ਮਾਮਲਾ ਦਰਜ ਹੁੰਦਾ ਅਤੇ ਫਿਰ ਉਸ ਤੋਂ ਬਾਅਦ ਇੰਨਾ ਵੱਡਾ ਅੱਜ ਪੁਲਿਸ ਬਲ ਲੈ ਕੇ ਜਿਹੜਾ ਉਹਨਾਂ ਨੂੰ ਤੜਕੇ ਸਾਰ ਗ੍ਰਿਫਤਾਰ ਕੀਤਾ ਜਾਂਦਾ? ਇਹ ਤਾਂ ਦੇਖੋ ਇਸ ਤਰ੍ਹਾਂ ਸਾਰਾ ਪੋਲੀਟੀਕਲ ਸਟੰਟ ਹੈ ਜੀ, ਜਦੋਂ ਉਹ ਆਪਣੇ ਆਪ ਗ੍ਰਿਫਤਾਰੀ ਦੇਣ ਵਾਸਤੇ ਆ ਹੀ ਰਹੇ ਸੀ ਤਾਂ ਇੰਨੀ ਫੋਰਸ ਦੀ ਜ਼ਰੂਰਤ ਹੀ ਨਹੀਂ ਸੀ, ਜਦੋਂ ਉਹਨਾਂ ਨੇ ਆਪ ਗ੍ਰਿਫਤਾਰ ਦੇ ਹੀ ਦੇਣੀ ਸੀ ਫਿਰ ਕੀ ਜ਼ਰੂਰਤ ਸੀ ਇਹਨਾਂ ਕਰਨ ਦੀ? ਅਤੇ ਪੰਜਾਬ ਸਰਕਾਰ ਦੀ ਤੁਸੀਂ ਕਾਰਜ ਪ੍ਰਣਾਲੀ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿ ਲਗਾਤਾਰ ਜਿਹੜੇ ਕੋਈ ਵੀ ਲੀਡਰ ਹੈਗੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਜਾ ਰਿਹਾ ਹੈਗਾ? ਸਾਰੀ ਬਦਲਾ ਲਓ ਭਾਵਨਾ ਜੀ, ਇਹ ਲੋਕਾਂ ਦੇ ਇੱਕ ਜਿਹੜੀਆਂ ਉਮੀਦਾਂ ਦੇ ਪੂਰਾ ਨਹੀਂ ਉਤਰ ਸਕੇ, ਨਾ ਤਾਂ ਕਿਸੇ ਦੇ ਖਾਤੇ ਕੋਈ ਹਜ਼ਾਰ ਰੁਪਈਆ ਆਇਆ, ਨਾ ਕਿਸੇ ਨੂੰ ਕੋਈ ਮੁਆਵਜ਼ਾ ਮਿਲਿਆ, ਇਹਨਾਂ ਨੂੰ ਸਿਰਫ ਇਹੀ ਡਰ ਸਦਾ ਰਿਹਾ ਵੀ ਪਬਲਿਕ ਸਾਡੇ ਤੋਂ ਸਵਾਲ ਨਾ ਪੁੱਛੇ, ਇਹ ਸਿਰਫ ਉਲਝਾਉਣ ਦੀਆਂ ਗੱਲਾਂ ਸਾਰੀਆਂ ਕਰ ਰਹੇ ਨੇ। ਤੁਸੀਂ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਕਿ ਕੁਲਬੀਰ ਸਿੰਘ ਜੀਰਾ ਨੂੰ ਅੱਜ ਜਿਹੜਾ ਗ੍ਰਿਫਤਾਰ ਕੀਤਾ ਗਿਆ ਅਤੇ 14 ਦਿਨ ਦੀ ਨਾਇਕ ਹਿਰਾਸਤ ਦੇ ਉੱਤੇ ਉਹਨਾਂ ਨੂੰ ਰੋਪੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ? ਇਹ ਮੈਂ ਆੜ੍ਹਤੀ ਐਸੋਸੀਏਸ਼ਨ ਦਾ ਪੰਜਾਬ ਦਾ ਵਾਈਸ ਪ੍ਰਧਾਨ ਹੋਣ ਦੇ ਨਾਤੇ ਮੈਂ ਇਸ ਨੂੰ ਬਹੁਤ ਘੋਰ ਨਿੰਦਾ ਕਰਦਾ ਹਾਂ ਕਿ ਇਹ ਪੰਜਾਬ ਸਰਕਾਰ ਚੰਗੇ ਕੰਮਾਂ ਵਾਲੀ ਤਾਂ ਉਹ ਕਹਿੰਦੀ ਕਿਸਾਨ ਧੈਸ਼ੀ ਬਣਦੇ, ਅਸੀਂ ਵਪਾਰੀ ਧੈਸ਼ੀ ਬਣਦੇ ਹਾਂ, ਸ਼ੇਲਰਾਂ ਵਾਲਿਆਂ ਦੀ ਹੜਤਾਲ ਹੈ, ਕਿਸਾਨ ਰੁੜ ਰਿਹਾ, ਕਿਸਾਨ ਦਾ ਢੇਰੀ ਕਰਨ ਨੂੰ ਮਾਲ ਬਿਲਕੁਲ ਜਗ੍ਹਾ ਨਹੀਂ, ਉਸ ਪਾਸੇ ਤਾਂ ਇਹਨਾਂ ਨੇ ਧਿਆਨ ਨਹੀਂ ਵੀ ਸਾਡੇ ਵਾਸਤੇ ਜਿੰਨੀ ਇਹਨੂੰ ਲੋਕ ਪ੍ਰਿਆ ਮਿਲੀ ਹੈ ਕੁਲਬੀਰ ਨੂੰ, ਉਹਨੇ ਉਹ ਘਬਰਾ ਗਏ, ਇਸ ਕਰਕੇ ਉਹਨਾਂ ਨੇ ਘਬਰਾਹਟ ਜਾ ਕੇ ਵੀ ਜਦੋਂ ਅਸੀਂ ਇਹਨੂੰ ਜਦੋਂ ਉਹਨੇ ਕਹਿ ਤਾ ਸੀ ਵੀ ਮੈਂ ਗ੍ਰਿਫਤਾਰੀ ਦੇਣੀ ਹੈ 17 ਨੂੰ ਅਤੇ ਇਹਨਾਂ ਨੂੰ ਉਡੀਕਣਾ ਚਾਹੀਦਾ ਸੀ, ਇਹਨਾਂ ਨੇ ਕਿਉਂ ਨਹੀਂ ਉਡੀਕਿਆ ਵੀ ਉਹਨਾਂ ਦੀ ਲੋਕ ਪ੍ਰਿਆ ਦਾ ਇਹ ਮੁਕਾਬਲਾ ਹੀ ਨਹੀਂ ਕਰ ਸਕਦੇ ਸੀ, ਇਸ ਵਾਸਤੇ ਅਸੀਂ ਬਹੁਤ ਘੋਰ ਨਿੰਦਿਆ ਕਰਦੇ। ਲੱਗਦਾ ਸੀ ਕਿ ਅੱਜ ਉਹਨਾਂ ਦੇ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਸੀਗਾ ਕਿ ਮੈਂ ਬੜੀਆਂ ਵੀਡੀਓ ਜਿਹੜੀਆਂ ਨੇ ਰੇਤਾ ਦਾ ਜਿਹੜੀ ਨਜਾਇਜ਼ ਕਾਰੋਬਾਰ ਚੱਲ ਰਿਹਾ ਨਸ਼ੇ ਨੂੰ ਲੈ ਕੇ ਉਹਨਾਂ ਨੇ ਵੱਡੇ ਜਿਹੜੇ ਅੱਜ ਸਵਾਲ ਖੜੇ ਕੀਤੇ ਨੇ ਕਿ ਪੁਲਿਸ ਆਪ ਜਿਹੜਾ ਨਸ਼ਾ ਵਿਕਾਰੀ ਹੈਗੀ ਹੈ ਜੀ। ਉਸੇ ਤੋਂ ਹੀ ਡਰ ਗਈ ਇਹ ਵੀ ਸਾਡੇ ਜਿਹੜੇ ਕਾਲੇ ਕਾਰਨਾਮੇ ਹੈ ਉਹਨਾਂ ਨੇ ਹਟਣਾ ਨਹੀਂ, ਇਹਦੇ ਬਾਪ ਜਿਹੜਾ ਇੰਦਰਜੀਤ ਜੀਰਾ ਸੀ ਉਹ ਵੀ ਸਰਕਾਰ ਨਾਲ ਮੱਥਾ ਲਾਉਂਦਾ ਰਿਹਾ, ਇਹਨੇ ਆਪਦੀ ਸਰਕਾਰ 'ਚ ਵੀ ਲੋਕਾਂ ਦੇ ਧੈਸ਼ੀ ਬਣ ਕੇ ਇਹਨੇ ਮੱਥਾ ਲਾਇਆ ਸੀ, ਇਸ ਵਾਸਤੇ ਇਹਨੇ ਸਾਰੇ ਜਿੰਨੇ ਇਹਨਾਂ ਦੇ ਮਾੜੇ ਕੰਮ ਸੀ ਇਹਨੇ ਅੱਜ ਦੱਸਣੇ ਸੀ, ਇਹਨਾਂ ਨੇ ਦੱਸਣ ਤੋਂ ਪਹਿਲਾਂ ਹੀ ਇਹਨਾਂ ਨੇ ਤਾਂ ਚੱਕ ਲਿਆ ਵੀ ਸਾਡੇ ਕਾਲੇ ਕਾਰਨਾਮੇ ਨੰਗੇ ਨਾ ਹੋਣ। ਤੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਨਸ਼ਾ ਲਗਾਤਾਰ ਵਿਕ ਰਿਹਾ ਨਜਾਇਜ਼ ਮਾਈਨਿੰਗ? ਉਹ ਤਾਂ ਸਭ ਨੂੰ ਪਤਾ ਲੱਗ ਰਿਹਾ, ਤੁਹਾਨੂੰ ਵੀ ਪਤਾ ਲੱਗ ਰਿਹਾ, ਸਾਨੂੰ ਵੀ ਪਤਾ ਲੱਗ, ਰੋਜ਼ ਇੱਕ ਅੱਧੀ ਮੌਤ ਦੂਜੇ ਤੀਜੇ ਦਿਨ ਹੁੰਦੀ ਹੈ ਨਸ਼ਿਆਂ ਨਾਲ ਹੁੰਦੀ ਹੈ, ਇਸ ਵਾਸਤੇ ਨਸ਼ੇ ਨੂੰ ਰੋਕਣ ਵਾਲੇ ਪਾਸੇ ਆਉਣਾ ਚਾਹੀਦਾ, ਕਿਸਾਨ ਹਤੈਸ਼ੀ ਬਣਨਾ ਚਾਹੀਦਾ, ਕਿਸਾਨ ਦੀਆਂ ਫਸਲਾਂ ਮੁਕਾਉਣੀਆਂ ਚਾਹੀਦੀਆਂ, ਜਿਹੜਾ ਸ਼ੇਲਰਾਂ ਨੇ ਹੜਤਾਲ ਕੀਤੀ ਹੈ ਉਸ ਪਾਸੇ ਇਹਨਾਂ ਦੀ ਬਹਿ ਕੇ ਗੱਲਬਾਤ ਕਰਕੇ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ। ਬਿਲਕੁਲ, ਇਹਨਾਂ ਦੇ ਸਮਰਥਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਗ੍ਰਿਫਤਾਰੀ ਕੀਤੀ ਗਈ ਆ ਉਹ ਨਜਾਇਜ਼ ਹੈ ਅਤੇ ਇਹਨਾਂ ਦੇ ਵੱਲੋਂ ਉਸ ਚੀਜ਼ ਦੀ ਨਿੰਦਾ ਵੀ
अज तड़कसार सवेरे 4:30 बजे के करीब कुलबीर सिंह जीरा उन्होंने घर के गिरफ्तार किया जाता है तो जिस तुंत बाद फिरोजपुर के सिविल अस्पताल के लिया के मैडिकल करवाया जाता है तो फिरोजपुर की केंद्रीय जेल के रखा जाता है। लेकिन कुछ ही समय के बाद उस तो गड्डिया का काफिला निकलता है तो उसको रोपड़ जेल के शिफ्ट किया जाता है। उत्थे ही उन्होंने वालों एक नवी वीडियो भी जी है वह उन्होंने समर्थकों के वालों वायरल की गई है कि जिस कुलबीर सिंह जीरा जो गिरफ्तार किया गया उस दस रहे हैं कि उस गड्डी के किस तरीके शराब दी बोतलां पईयां होईयां हन ते उन्हां दे वल्लों कहा जा रहा है कि वह एक जथेदार हन अते उन्हां दे वल्लों गुरद्वारा साहब दे विच जाना सी और इस नाल उन्हां दी जिहड़ा है अपमान किया गया है। लेकिन हुण इस मामले दे विच अगे की हुंदा है ये आने वाले समय दे विच ही पता लगेगा। फिरोजपुर तों कैमरा परसन दे नाल अक्षय गलोत्रा पंजाब तक। ਸਤਿ ਸ਼੍ਰੀ ਅਕਾਲ ਦੋਸਤੋ, ਇਹ ਡੀ ਐਸ ਪੀ ਜੀਰਾ ਦੀ ਗੱਡੀ ਵਿੱਚ ਮੈਨੂੰ ਗ੍ਰਿਫਤਾਰ ਤੁਹਾਨੂੰ ਦਿਖਾਉਣਾ ਜਿਹੜੀ ਵੀਡੀਓ ਭੇਜ ਰਿਹਾ ਕਿ ਦਾਰੂ ਦਾ ਜ਼ਖੀਰਾ ਔਰ ਨਸ਼ੇ ਨਾਲ ਹਮੇਸ਼ਾ ਦਾਰੂ ਨਾਲ ਜਿਹੜਾ ਟੁੰਨ ਰਹਿੰਦਾ ਘੱਟੋ ਘੱਟ 8-10 ਬੋਤਲਾਂ ਇਹਦੀ ਗੱਡੀ ਦੇ ਵਿੱਚ ਜਿਹੜੀਆਂ ਸੀ ਜਿਹੜੀਆਂ ਮੈਂ ਡਿੱਗੀ 'ਚ ਰਖਾਈਆਂ। ਮੈਂ ਕਿਹਾ ਅੱਜ ਸੰਗਰਾਂਦ ਦਾ ਦਿਹਾੜਾ, ਮੈਂ ਬਾਬਾ ਬੁੱਢਾ ਸਾਹਿਬ ਚੱਲਿਆ ਸੀ, ਇਹਨੂੰ ਕੱਢੋ। ਇਸ ਕਰਕੇ ਇਹ ਹਾਲਾਤ ਤੁਸੀਂ ਵੇਖ ਲਓ। ਅੱਜ ਇਹੋ ਜਿਹੀਆਂ ਜਿਹੜੇ ਇਹਨਾਂ ਦੇ ਜਿਹੜੇ ਜਨਤਕ ਕਰਨੇ ਸੀ, ਜਿਹੜੇ ਚਿੱਠੇ ਮੈਂ ਖੋਲ੍ਹਣੇ ਸੀ, ਤਾਂ ਕਰਕੇ ਮੈਨੂੰ ਸਵੇਰੇ 4:30 ਵਜੇ ਜਦੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਲਈ ਮੈਂ ਜਾ ਰਿਹਾ ਸੀ ਤਾਂ ਮੈਨੂੰ ਇਹਨਾਂ ਨੇ ਘਰੋਂ ਅਰੈਸਟ ਕਰ ਲਿਆ। ਕੋਈ ਨਹੀਂ, ਫਿਕਰ ਨਾ ਕਰੋ, ਸਾਰੇ ਜਣੇ ਤਕੜੇ ਰਹੋ, ਮੈਂ ਤੁਹਾਡੇ ਨਾਲ ਹਾਂ। ਤੁਹਾਡਾ ਆਸ਼ੀਰਵਾਦ ਅਤੇ ਪਿਆਰ ਚਾਹੀਦਾ ਭਰਾਵਾਂ ਦਾ, ਕੋਈ ਗੱਲ ਨਹੀਂ, ਇਹੋ ਜਿਹੀਆਂ ਜੇਲ੍ਹਾਂ ਤਾਂ ਆਈਆਂ ਅਤੇ ਗਈਆਂ। ਧੰਨਵਾਦ। ਫਿਰੋਜ਼ਪੁਰ ਦੇ ਜੀਰਾ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਅੱਜ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਸਵੇਰੇ ਕਰੀਬ 4:30 ਵਜੇ ਜਿਹੜਾ ਹੈ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਕੁਲਬੀਰ ਸਿੰਘ ਜੀਰਾ ਦੇ ਵੱਲੋਂ ਕੁਛ ਦਿਨ ਪਹਿਲਾਂ BDPO ਜੀਰਾ ਦੇ ਵਿਖੇ ਧਰਨਾ ਦਿੱਤਾ ਗਿਆ ਸੀਗਾ, ਸਰਪੰਚਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਸੀਗਾ ਕਿ BDOP ਦੇ ਵੱਲੋਂ ਗਲਤ ਸਰਟੀਫਿਕੇਟ ਬਣਾ ਕੇ ਜਿਹੜੇ ਹੈ ਉਹ ਧੋਖੇਧੜੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ BDO ਦਫ਼ਤਰ ਦੇ ਅੰਦਰ ਦਿਨ ਰਾਤ ਜਿਹੜਾ ਲਗਾਤਾਰ ਧਰਨਾ ਦਿੱਤਾ ਗਿਆ ਸੀਗਾ। ਅਤੇ ਅੱਜ ਦੇ ਦਿਨ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਪਹੁੰਚ ਕੇ 12 ਵਜੇ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਗ੍ਰਿਫਤਾਰੀ ਦੇਣੀ ਸੀ, ਲੇਕਿਨ ਅੱਜ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਕਰੀਬ ਸਵੇਰੇ 4:30 ਵਜੇ ਉਹਨਾਂ ਨੂੰ ਇੱਥੋਂ ਗ੍ਰਿਫਤਾਰ ਕਰ ਲਿੱਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਜੀਰਾ ਦੀ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ, ਜਿੱਥੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਉੱਤੇ ਭੇਜ ਦਿੱਤਾ ਗਿਆ। ਅਤੇ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਲਿਆ ਕੇ ਉਹਨਾਂ ਦਾ ਮੈਡੀਕਲ ਕੀਤਾ ਗਿਆ, ਅਤੇ ਜਿਸ ਤੋਂ ਬਾਅਦ ਉਹਨਾਂ ਨੂੰ ਫਿਰੋਜ਼ਪੁਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਸਾਡੇ ਨਾਲ ਇੱਥੇ ਉਹਨਾਂ ਦੇ ਸਮਰਥਕ ਵੀ ਮੌਜੂਦ ਹੈਗੇ ਨੇ, ਉਹਨਾਂ ਤੋਂ ਵੀ ਜਾਣਕਾਰੀ ਲੈ ਲੈਂਦੇ ਹਾਂ। ਸਰ, ਕਿੱਦਾਂ ਦੇਖਦੇ ਹੋ ਕਿ ਅੱਜ ਕੁਲਬੀਰ ਸਿੰਘ ਜੀਰਾ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਜੀ? ਅਤੇ ਕੁਲਬੀਰ ਸਿੰਘ ਜੀਰਾ ਜਿਹੜੀ ਗ੍ਰਿਫਤਾਰੀ ਹੈ, ਉਹਨਾਂ ਦੇ ਆਪਦੇ ਕੋਈ ਨਿੱਜੀ ਸਵਾਰਥਾਂ ਕਰਕੇ ਨਹੀਂ ਹੋਈ ਹੈ। ਸਰਪੰਚ ਸਾਹਿਬਾਨਾਂ ਦਾ ਸਮਰਥਨ ਕਰ ਰਹੇ ਸੀ, ਉਹਨਾਂ ਦੀਆਂ ਮੰਗਾਂ ਲਈ ਉਹਨਾਂ ਨੇ 3 ਦਿਨ ਲਗਾਤਾਰ BDO ਦਫ਼ਤਰ ਕੇ ਧਰਨਾ ਦਿੱਤਾ। 1.5 ਸਾਲ ਹੋ ਗਿਆ ਹਲਕੇ ਦੇ ਕੰਮ ਬੰਦ ਨੇ, ਸਰਪੰਚਾਂ ਦੇ ਮਾਣ ਸਨਮਾਨ ਜਿਹੜੇ ਭੱਤੇ ਨੇ ਉਹ ਨਹੀਂ ਦਿੱਤੇ ਜਾ ਰਹੇ। ਹਾਈ ਕੋਰਟ ਦੇ ਆਰਡਰਾਂ ਦੇ ਟਿੱਚ ਜਾਂਦੇ ਹੋਏ ਉਹਨਾਂ ਨੇ BDO ਪ੍ਰਸ਼ਾਸਨ ਹੋਵੇ, ਭਾਵੇਂ ਉਹ ਸੈਕਟਰੀ ਹੋਣ, ਭਾਵੇਂ ਕਿ GRS ਤੱਕ ਦਾ ਮਹਿਕਮਾ ਤੁਸੀਂ ਸਮਝ ਲਓ, ਹਾਂ ਵੀ ਪ੍ਰਸ਼ਾਸਨ ਨੇ ਇੱਕ ਤਰਫਾ ਹੀ ਕਰ ਛੱਡਿਆ ਕਿ ਸਰਪੰਚਾਂ ਦੀ ਕੋਈ ਸੁਣਵਾਈ ਨਹੀਂ ਕਰਨੀ। 1-1 ਲੱਖ ਰੁਪਏ ਪਿੱਛੇ 20,000 ਰੁਪਏ ਦੀ ਮੰਗ ਕੀਤੀ ਜਾਂਦੀ ਹੈ ਜੀ, ਕੋਈ ਵੀ ਵਿਕਾਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ। ਅਤੇ ਇਸ ਸਰਕਾਰ ਵੱਲੋਂ ਵਾਰ ਵਾਰ ਸਰਪੰਚਾਂ ਨੂੰ ਚੋਰ ਦੱਸ ਕੇ ਦੱਸਿਆ ਜਾ ਰਿਹਾ ਜੀ। ਇਸ ਕਰਕੇ ਇਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ 3 ਦਿਨ ਧਰਨਾ ਲਾਇਆ ਸੀ। ਅੱਜ ਕਿੰਨੇ ਵਜੇ ਜਿਹੜਾ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ? ਅਤੇ ਅੱਜ ਉੱਥੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਅਸੀਂ ਆਪ ਖੁਦ ਆਪਣੀ ਗ੍ਰਿਫਤਾਰੀ ਜਿਹੜੀ ਹੈ ਉਹ SSP ਦਫ਼ਤਰ ਦੇ ਬਾਹਰ ਆ ਕੇ ਦੇਵਾਂਗੇ। ਕਿੱਦਾਂ ਦੇਖਦੇ ਹੋ ਕਿ ਇਹ ਗ੍ਰਿਫਤਾਰੀ ਜਿਹੜੀ ਹੋਈ ਹੈ? ਇਹ ਤਾਂ ਜੀ 3-4 ਦਿਨ ਤੋਂ ਲਗਾਤਾਰ ਜੋ ਦੀ FIR ਹੋਈ ਸੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ 17 ਤਰੀਕ ਨੂੰ ਅਸੀਂ ਬਾਬਾ ਬੁੱਢਾ ਸਾਹਿਬ ਪਹਿਲਾਂ ਦਰਸ਼ਨ ਕਰਾਂਗੇ, ਸੰਗਰਾਂਦ ਦਾ ਦਿਹਾੜਾ। ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਕਾਲ ਦਿੱਤੀ ਹੋਈ ਸੀ 17 ਤਰੀਕ ਨੂੰ SSP ਦਫ਼ਤਰ ਸਾਹਿਬ ਉੱਥੇ ਧਰਨਾ ਲੱਗਣਾ ਸੀ, ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਣੀ, ਕਿਉਂਕਿ MLA ਨਰੇਸ਼ ਕਟਾਰੀਏ ਦੇ ਜਿਹੜੇ ਕੱਚੇ ਚਿੱਠੇ ਜਿਹੜੀ ਰਿਸ਼ਵਤਾਂ ਦੀ ਮੰਗ, ਇਕੱਲੀ ਰਿਕਾਰਡਿੰਗ ਉਹਨਾਂ ਦੇ PA ਦੀ ਰਿਕਾਰਡਿੰਗ, ਐਫੀਡੇਵਿਟ ਤੱਕ ਲੋਕਾਂ ਦੇ ਮੌਜੂਦ ਸੀ ਸਾਡੇ ਕੋਲ, ਉਹ ਅਸੀਂ ਨਛੱਤਰ ਕਰਨੇ ਸੀ ਅੱਜ। ਇਸ ਕਰਕੇ SSP ਸਾਹਿਬ ਤਾਂ ਦਬਾਅ 'ਚ ਆ ਗਏ। ਲਾਸਟ ਟਾਈਮ ਤਰਨ ਤਾਰਨ ਤੋਂ ਕਿਸੇ ਰੇਤਾ ਦੀ ਖੱਡ ਫੜੀ 'ਚ ਹੀ ਗਏ ਆ MLA ਦੀ
ਚੁੱਕ ਕੇ ਉਹਨਾਂ ਦੇ ਭਰਵਾਈਏ ਦੀ ਕੋਈ ਖੱਡ ਸੀ ਉਹਦੇ ਸੰਬੰਧ 'ਚ ਐਸ ਐਸ ਪੀ ਤਰਨ ਤਾਰਨ ਦੀ ਬਦਲੀ ਕਰਤੀ। ਇਹ ਤਾਂ ਐਸ ਐਸ ਪੀ ਇਸੇ ਦਬਾਅ 'ਚ ਹੀ ਆ ਗਏ ਜੀ, ਹਾਂ ਵੀ ਜੇ ਇਹਨਾਂ ਦੇ ਐੱਮ ਐੱਲ ਏ ਸਾਹਿਬ ਦੇ ਉਲਟ ਕੋਈ ਚੀਜ਼ ਆ ਗਈ ਤਾਂ ਮੇਰੀ ਵੀ ਬਦਲੀ ਕਰਨਗੇ। ਪੰਜਾਬ ਸਰਕਾਰ ਦੇ ਜਿਹੜੀ ਹੈਗੀ ਉਹ ਜਿਵੇਂ ਕਹਿ ਦਈਏ ਇੰਨੀ ਬੁਰੇ ਤਰ੍ਹਾਂ ਦੇ ਸਾਬਤ ਹੋ ਰਹੀ ਹੈ ਕਿ ਛੱਡ ਗੱਲਾਂ ਦੇ। ਬਿਲਕੁਲ, ਵੱਡੇ ਜਿਹੜੇ ਆ ਰੋਪ ਜਿਹੜੇ ਲਗਾਏ ਜਾ ਰਹੇ ਹੈਗੇ ਨੇ ਮੌਜੂਦਾ ਵਿਧਾਇਕ ਦੇ ਉੱਪਰ ਕਿ ਉਹਨਾਂ ਦੇ ਵੱਲੋਂ ਆਪਣੇ ਜਿਹੜਾ ਹੈ ਸਰਪੰਚਾਂ ਦੇ ਕੰਮ ਨਹੀਂ ਕੀਤੇ ਜਾ ਰਹੇ, ਹਲਕੇ ਦੇ ਵਿੱਚ ਵਿਕਾਸ ਕਾਰਜ ਜਿਹੜੇ ਆ ਉਹ ਨਹੀਂ ਕੀਤੇ ਜਾ ਰਹੇ, ਜਿਸ ਨੂੰ ਲੈ ਕੇ ਅੱਜ ਉਹਨਾਂ ਦੇ ਵੱਲੋਂ ਜਿਹੜਾ ਇੱਥੇ ਗ੍ਰਿਫਤਾਰੀ ਦੇਣੀ ਸੀ, ਲੇਕਿਨ ਉਹਨਾਂ ਨੂੰ ਜਿਹੜਾ ਪੁਲਿਸ ਦੇ ਵੱਲੋਂ ਅੱਜ ਸਵੇਰੇ ਹੀ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਉੱਥੇ ਹੀ ਕੁਲਵੀਰ ਸਿੰਘ ਜੀਰਾ ਦੇ ਵੱਲੋਂ ਇਹ ਵੀ ਬੋਲ ਦਿੱਤਾ ਗਿਆ ਹੈ ਕਿ ਜਿਵੇਂ ਹੀ ਉਹ ਨਿਆਇਕ ਹਿਰਾਸਤ ਤੋਂ ਬਾਹਰ ਆਉਂਦੇ ਹਨ ਉਹ ਨਾਲ ਹੀ ਪੰਜਾਬ ਸਰਕਾਰ ਦੇ ਚਿੱਟੇ ਜਿਹੜੇ ਹੈਗੇ ਨੇ ਉਹ ਸਾਰਿਆਂ ਦੇ ਸਾਹਮਣੇ ਲੈ ਕੇ ਆਉਣਗੇ ਅਤੇ ਇਸ ਪੰਜਾਬ ਸਰਕਾਰ ਨੂੰ ਦਿਖਾਉਣਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿਧਾਇਕਾਂ ਦੇ ਵੱਲੋਂ ਇਹ ਜਿਹੜੇ ਕੰਮ ਕੀਤੇ ਜਾ ਰਹੇ ਹੈਗੇ ਹਨ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਪਾਏਗਾ ਕਿ ਕੁਲਵੀਰ ਸਿੰਘ ਜੀਰਾ ਦੇ ਵੱਲੋਂ ਕੀ ਵੱਡੇ ਜਿਹੇ ਹੈ ਉਹ ਚਿੱਠੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਖਿਲਾਫ ਖੋਲ੍ਹੇ ਜਾਣਗੇ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਕਸ਼ੈ ਗਲਹੋਤਰਾ, ਪੰਜਾਬ ਤੱਕ। ਸਦਰ ਥਾਣਾ ਦੇ ਵਿੱਚ ਲਿਜਾਇਆ ਗਿਆ, ਉਹਨਾਂ ਦੇ ਵੱਲੋਂ ਇਹ ਸਾਫ਼ ਤੌਰ 'ਤੇ ਕਿਹਾ ਗਿਆ ਕਿ ਉਹਨਾਂ ਨੂੰ ਜਿਹੜਾ ਉਹਨਾਂ ਦੇ ਜਿਹੜੇ ਸਮਰਥਕ ਹੈ ਜਿਨ੍ਹਾਂ ਦੇ ਅਣਪਛਾਤੇ ਪਾਏ ਗਏ ਆ ਉਹਨਾਂ ਦੇ ਵੀ ਗ੍ਰਿਫਤਾਰੀ ਜਿਹੜੀ ਕੀਤੀ ਜਾਵੇ। ਉਹਨਾਂ ਦੇ ਨਾਲ ਹੀ ਜਿਹੜਾ ਮੈਂ ਜੇਲ੍ਹ ਦੇ ਵਿੱਚ ਜਾਣ ਨੂੰ ਤਿਆਰ ਹਾਂ, ਪਰ ਹਜੇ ਤੱਕ ਜਿਹੜੇ ਇਕੱਲੇ ਕੁਲਵੀਰ ਸਿੰਘ ਜੀਰਾ ਦੀ ਜਿਹੜੀ ਹੈ ਗ੍ਰਿਫਤਾਰੀ ਉੱਥੇ ਚੱਲੀ ਗਈ ਹੈ, ਪਰ ਉਹਨਾਂ ਨੂੰ ਹੁਣ ਸਿਵਲ ਹਸਪਤਾਲ ਦੇ ਵਿੱਚ ਇਕੱਲੇ ਕੁਲਵੀਰ ਸਿੰਘ ਜੀਰਾ ਨੂੰ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ, ਔਰ ਉਸ ਤੋਂ ਬਾਅਦ ਜਿਹੜਾ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਵਿੱਚ ਲਿਜਾਇਆ ਜਾਏਗਾ, ਔਰ ਉਸ ਤੋਂ ਪਹਿਲਾਂ ਜਿਹੜਾ ਇਹਨਾਂ ਨੂੰ ਡਿਊਟੀ ਮੈਜਿਸਟ੍ਰੇਟ ਦੇ ਉਹਨਾਂ ਦੇ ਕੋਲ ਪੇਸ਼ ਕੀਤਾ ਗਿਆ ਜਿੱਥੇ ਇਹਨਾਂ ਨੂੰ। ਕੁਲਵੀਰ ਸਿੰਘ ਜੀਰਾ ਜੀਰਾ ਤੇਰੀ ਸੋਚ ਤੇ ਪਹਿਰਾ ਦੇਣਗੇ ਠੋਕੇ, ਜੀਰਾ ਤੇਰੀ ਸੋਚ ਤੇ ਕਿੰਨੀ ਤਰੀਕ ਤੱਕ ਠੋਕੇ। 19 ਤਰੀਕ ਤੱਕ ਨਾਇਕ ਸਿੰਘ ਰਸਤੇ ਭੇਜਿਆ, 31 ਤੱਕ। ਹਾਂਜੀ 31 ਤਾਰੀਖ ਤੱਕ ਕਿਵੇਂ ਅੱਜ ਸਵੇਰੇ ਕਿੱਥੇ ਪੇਸ਼ ਕੀਤਾ ਗਿਆ ਤੇ ਉਹਨਾਂ ਨੂੰ ਅੱਜ ਸਵੇਰੇ ਜੁਡੀਸ਼ੀਅਲ ਕੋਰਟ ਜੀਰਾ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ, ਔਰ ਜੱਜ ਸਾਹਿਬ ਨੇ ਉਹਨਾਂ ਨੂੰ ਜਿਹੜਾ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸਰਦਾਰ ਕੁਲਵੀਰ ਸਿੰਘ ਜੀਰਾ ਨੇ ਕੋਈ ਵੀ ਵਕੀਲ ਖੜਾ ਕਰਕੇ ਆਪਣੀ ਜ਼ਮਾਨਤ ਲਈ ਨਹੀਂ ਅਪਲਾਈ ਕੀਤਾ, ਔਰ ਹੁਣ ਜੋ ਕੁਲਵੀਰ ਸਿੰਘ ਜੀਰਾ ਦਾ ਸਾਨੂੰ ਹੁਕਮ ਹੋਏਗਾ ਅਸੀਂ ਉਹ ਠੋਕ ਵਜਾ ਕੇ ਕਰਾਂਗੇ। ਪਰ ਸਰਕਾਰ ਮੁਰਦਾਬਾਦ।
नरेश कटारिया जिहड़ा पिंडां दे विच लोकां नूं प्लाटां दे जाली सर्टिफिकेट वंड रिहा सी ओह जाली सर्टिफिकेट नूं नशर करदे आ मैं मंग कीती सी कि एम एल ए नरेश कटारिया ते वीडियो जीरा ते ते ओह जिहड़ा पंच अधिकारत पंच आ उहदे ते परचा दर्ज कीता जावे पर जदों तो मैनिंग दे विच जिहड़ा अपना उहदे जीजे दा एम एल ए ते जीजे दा परचा आया ते तरन तारण तो एस एस पी दी बदली होई है ये एस एस पी ने आपकी कुर्सी बचाउण लई जिहड़ा और एम एल ए नूं बचाउण लई आपकी कुर्सी नूं बचाउण लई जिहड़ा परचा दर्ज किया इस तों बाद मैं हाई कोर्ट जावांगा और एम एल ए ते परचा दर्ज करा के रहांगा कि जिहड़ा लोकां नूं आम आदमी पार्टी की सरकार च बेवकूफ बना रहा इस करके सरपंचां दी लड़ाई आ लोकां दी लड़ाई आ लोकां दी लड़ाई लई 10 वारी भी जेल जाना पिया ते कुलबीर सिंह जीरा जा मैं अज पुलिस ने करदा मैनूं तां चुक्या मैं पहले गल कही सी कि मैं बाबा बुड्ढा साहब तो मत्था टेक के नतमस्तक हो गया अज संगरांद दा शुभ दिहाड़ा पर एस एस पी नूं जब मैं कल विखाया कि चिट्टा किथे किथे विकदा है रेता किथे विकदी है गलत काम जिहड़े आ सारी पुलिस कराउंदी है एस एस पी शहर थले हुंदे आ एस एस पी ने उह गल्लां नूं लुकाउण लई प्रैस अगे ना आउण पर मैं उह जेल च आउंदिआं सारी मीडिया दे अगे उह सारी एक विद प्रूफ जिहड़े आ उह कल्ली कल्ली गल जिहड़ी उह जनतक दी करांगा सरदार कुलबीर सिंह जीरा ने जिहड़े अपने दस रहे सरदार कुलबीर सिंह जीरा जिंदाबाद पंजाब सरकार जिंदाबाद भाई करो।